ਹਾਂਜੀ ਚਾਓ ਸਾਹਿਬ ਨੂੰ, ਅਤੇ ਅੱਜ ਅਸੀਂ ਗੱਲ ਕਰਾਂਗੇ, ਅੱਜ ਅਸੀਂ ਪੜ੍ਹਾਂਗੇ ਪੈਰੀਕਲੋ ਦਾ ਜਿਹੜਾ ਸਾਡਾ ਅੱਗੇ ਹੈ 111 ਨੰਬਰ ਚੈਪਟਰ ਨੰਬਰ 2, 111 ਨੰਬਰ ਪੇਜ, ਠੀਕ ਹੈ, ਜਿਹੜੀ ਕਿ ਸਾਡੀ 17 ਕਿਸ਼ਤਾਂ ਸਾਡੀ ਪਹਿਲੇ ਹੋ ਚੁੱਕੀਆਂ, 18ਵੀਂ 18ਵੀਂ ਕਿਸ਼ਤ ਅੱਜ ਅਸੀਂ ਸ਼ੁਰੂ ਕਰਾਂਗੇ, ਠੀਕ ਹੈ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਨੀਚੇ ਡਿਸਕ੍ਰਿਪਸ਼ਨ ਵਿੱਚ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਫੋਲੋ ਕਰਨ ਲਈ ਉੱਥੇ ਲਿੰਕ ਦਿੱਤਾ ਗਿਆ, ਉੱਥੇ ਕਲਿੱਕ ਕਰਕੇ ਅਤੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੀ ਹੈ। ਅਤੇ ਅਟੈਨਸ਼ਨ ਐਨੀਮਲ ਦਿਮੈਸ ਦੀ ਚੀਜ਼ ਜੈਨਤੀ, ਅਟੈਨਸ਼ਨ ਉਹ ਐਨੀਮਲ ਜਿਹੜੇ ਕਿ ਰੱਖ ਮੇਂ ਹੁੰਦੇ ਨੇ ਜਾਂ ਫਿਰ ਜੰਗਲੀ ਜਿਹੜੇ ਜਾਨਵਰ ਹੁੰਦੇ ਉਹਨਾਂ ਦੀ ਟੈਨਸ਼ਨ, ਠੀਕ ਹੈ, ਲੈਣ ਲਈ ਇਹ ਸਿਗਨਲ ਹੈ। ਇਹਦੇ ਨਾਲ ਡਲਦਾ ਮੇਲਾ ਇੱਕ ਹੋਰ ਸਿਗਨਲ ਲੱਗਿਆ, ਉਹ ਵੀ ਅਸੀਂ ਪੜ੍ਹਾਂਗੇ, ਠੀਕ ਹੈ, ਅਤੇ ਇਹਨਾਂ ਦੇ ਸਾਰੇ ਕੁਐਸਚਨ ਪੜ੍ਹਾਂਗੇ। ਇਸ ਨੂੰ ਦਬਾਅ ਲਓ ਅੱਗੇ ਆ ਜਾਓ, 111 2 ਨੰਬਰ ਚੈਪਟਰ, 111 ਨੰਬਰ ਪੇਜ, ਅਤੇ ਪਹਿਲਾ ਕੁਐਸਚਨ ਹੈ ਸਿਗਨਲ ਵਾਲੇ ਰਫੀਗਰਾਤ ਹੋ ਸਿਗਨਲ ਜਿਹੜੇ ਦੱਸਣ ਵੇ ਪਿਰਨੂਚਾ ਉਹਨੂੰ ਤਰਾਤੋ ਦਿਸਰਾ ਦਾ ਯਕੀਨਨ ਇਸ ਟਾਈਪ ਦੀ ਰੋਡ ਹੈ ਕੌਣ ਪ੍ਰਭਾ ਬਿਲੇ ਜਿੱਥੇ ਹੋ ਸਕਦਾ ਅਤਰ ਵਰਸਾ ਮਿਹਨਤ ਦੀ ਐਨੀਮਲ ਡੋਮੈਸਟਿਕ ਚੀਜ਼ ਜਿੱਥੇ ਹੋ ਸਕਦਾ ਡੋਮੈਸਟਿਕ ਜਾਨਵਰ ਜਿਹੜੇ ਨੇ ਉਹ ਰੋਡ ਪਾਰ ਕਰ ਲੱਗੇ ਹੋਣ। ਫਿਰ ਹੋਇਆ, ਠੀਕ ਹੈ, ਕੁਐਸਚਨ ਠੀਕ ਹੈ। ਅਤੇ ਅੱਗੇ ਕਹਿੰਦੇ ਨੇ ਇਸ ਸਿਨੇਹਾਰੇ ਫਿਗਰਾ ਤੋਂ ਰਿਕੇ ਦੇ ਇਸ ਸਿਨੇਹਾਰ ਸਿਗਨੇ ਜਿਹੜੇ ਦੱਸਣ ਪਏ ਰਿਕੇ ਦੇ ਇਹ ਦੀ ਰਲਨਤਾਰੇ ਕਹਿੰਦਾ ਕਿ ਤੁਹਾਨੂੰ ਜਾਂ ਪੁੱਛਦਾ ਤੁਹਾਨੂੰ ਕਿ ਐਸ਼ਤਾ ਕਰੋ ਸਪੀਡ, ਠੀਕ ਹੈ। ਰਿਕੇ ਦੇ ਤੁਹਾਨੂੰ ਪਹਿਲੇ ਮੈਂ ਦੱਸ ਪਹਿਲੇ ਵੀ ਦੱਸ ਚੁੱਕਿਆ ਹਾਂ ਕਿ ਜਿਨ ਸਵਾਲਾਂ ਰਿਕੇ ਦੇ ਆਉਂਦਾ ਸਵਾਲ ਵੇਰੋ ਆਉਂਦੇ ਨੇ, ਠੀਕ ਹੈ। ਉਹਦੀ ਰਿਸ਼ਤਦਾਰ ਸੀ ਜਾਂ ਫਿਰ ਰੁਕ ਜਾਓ ਸਹੇਲੀ ਅਨਿਮਾਲ ਹੀ ਵੇ ਸੁਲਸਤਰਾਦਾ ਦਾਨ ਹੁਸੈਨ ਦੀ ਜੇ ਸਹੇਲੀ ਅਨਿਮਾਲ ਜਿਹੜੇ ਕਿ ਰੋਡ ਦੇ ਉੱਤੇ ਹੈ ਨੇ ਸਤਰਾਦਾ ਰੋਡ ਦੇ ਉੱਤੇ ਨੇ ਐਨੀਮਾਲ ਜਿਹੜੇ ਜਾਨਵਰ ਨੇ ਰੋਡ ਦੇ ਉੱਤੇ ਦਾਨੋ ਦਿੰਦੇ ਨੇ ਸੈਨੀ ਸਾਈਨ ਦੀ ਸਪਾਵੈਨ ਤੋਂ, ਜੇ ਡਰ ਜਾਣ ਦਾ ਸਾਈਨ ਦੇਣ ਜਾਨਵਰ ਤਾਂ ਤੁਸੀਂ ਰੁਕ ਜਾਓ, ਠੀਕ ਹੈ। ਅਤੇ ਇਹ ਵੀ ਵੇਰ ਹੋਇਆ। ਅੱਗੇ ਆ ਜਾਓ, 3 ਨੰਬਰ ਕੁਐਸਚਨ ਹੈ ਇਸ ਨੇ ਫਿਰਾ ਤੋਂ ਸਿਗਨੇ ਜਿਹੜੇ ਦੱਸਿਆ ਨੇ ਰਿਕੇ ਦੇ ਫਿਰ ਆ ਗਿਆ ਜਿਹੜਾ ਕਿ ਫਿਰ ਕੁਐਸਚਨਾਂ ਵਿੱਚ ਆਉਂਦਾ, ਠੀਕ ਹੈ। ਦੀ ਰਲੰਤਾਰ ਆਇਸ਼ਤਾ ਕਰੋ ਉਹ ਦੀ ਰਿਸ਼ਤਦਾਰ ਸੀ ਜਾਂ ਫਿਰ ਰੁਕ ਜਾਓ ਸੇਲੀ ਅਨਿਮਾਲ ਹੀ ਸੁਲਸਤਰਾਦਾ ਨੋਨ ਸਿਸਪਾ ਸਪੋਸਤਾਨ ਜਿਹੜੇ ਜਾਨਵਰ ਨੇ ਰੋਡ ਦੇ ਉੱਤੇ ਜੋ ਰੁਕਦੇ ਨਹੀਂ ਹੈ ਤਾਂ, ਠੀਕ ਹੈ, ਜਿਹੜੇ ਜਾਨਵਰ ਰੋਡ ਦੇ ਨੇ ਜੋ ਰੁਕਦੇ ਨਹੀਂ ਹੈ ਤਾਂ, ਠੀਕ ਹੈ, ਕੀ ਕਰਨਾ ਤੁਸੀਂ ਰਲੰਤਾਰੇ ਉਹ ਦੇ ਰਿਸ਼ਤਦਾਰ ਸੀ ਜਾਂ ਫਿਰ ਰਲੰਤਾਰੇ ਆਇਸ਼ਤਾ ਕਰਨਾ ਜਾਂ ਫਿਰ ਤੁਸੀਂ ਰੁਕ ਜਾਣਾ। ਸੇ ਅਗਰ ਅਨਿਮਾਲ ਹੀ ਸੁਲਸਤਰਾਦਾ ਜਿਹੜੇ ਰੋਡ ਦੇ ਉੱਤੇ ਜਾਨਵਰ ਨੇ ਨੋਨ ਸਿਸਪੋਸਤਾਨ ਜੋ ਸਪੋਸਤਾਰੇ ਨਹੀਂ ਹੁੰਦੇ ਜਗ੍ਹਾ ਹੱਲ ਨਹੀਂ ਕਰਦੇ ਤਾਂ, ਠੀਕ ਹੈ। ਅਤੇ ਫਿਰ ਹੋਇਆ ਵੀ ਠੀਕ, ਕਹਿੰਦੇ ਨੇ ਵੀ ਕਹਿੰਦੇ ਨੇ 4 ਨੰਬਰ ਕੁਐਸਚਨ ਸੀਨੀਅਰ ਫਿਗਰਾ ਤੋਂ ਅਸੀਂ ਨੇ ਜਿਹੜਾ ਦੱਸਦੇ ਨੇ ਪੇ ਕਿ ਲਾ ਪੋਸੀਬਿਲ ਹੈ, ਕਹਿੰਦੇ ਪੋਸੀਬਲ ਹੈ ਦੀ ਤਰੋਵਾਰੇ ਵੀ ਲੱਭ ਜਾਣ ਸੁਰਸਤਰਾਦਾ ਰੋਡ ਦੇ ਉੱਤੇ ਐਨੀਮਲ ਡੋਮੈਸਟਿਕ ਯਾਨੀ ਕਿ ਜਿਹੜੇ ਕਿ ਪਾਲਤੂ ਜਾਨਵਰ ਹੁੰਦੇ ਨੇ ਵਿਜੈਨ ਦੀ ਜਿਹੜੇ ਕਿ ਜੰਗਲੀ ਜਾਨਵਰ ਹੁੰਦੇ ਨੇ, ਠੀਕ ਹੈ, ਜਾਂ ਆਵਾਰਾ ਜਾਨਵਰ ਜਿਹੜੇ ਹੁੰਦੇ ਨੇ, ਠੀਕ ਹੈ, ਕਿ ਤੁਹਾਨੂੰ ਪੋਸੀਬਲ ਹੈ ਕਿ ਇੱਥੇ ਰੋਡ ਦੇ ਉੱਤੇ ਮਿਲ ਜਾਣ ਜਿਹੜੇ ਪਾਲਤੂ ਜਾਨਵਰ ਹੁੰਦੇ ਨੇ ਜਾਂ ਫਿਰ ਵਿਜੈਂਤ ਜਿਹੜੇ ਕਿ ਆਵਾਰਾ ਜਾਨਵਰ ਹੁੰਦੇ ਨੇ ਮਿਲ ਸਕਦੇ ਨੇ। ਇਸ ਕਰਕੇ 4 ਨੰਬਰ ਕੁਐਸਚਨ ਵੀ ਠੀਕ ਹੋਇਆ। ਅਤੇ ਕਹਿੰਦੇ ਸਿਨੇਹਾਰੇ ਫਿਗਰਾ ਤੋਂ ਨਵੀਂ ਤਾਂ ਸਿਗਨਲ ਇਨਵਾਈਟ ਕਰਦਾ ਹੈ ਆ ਫਾਰ ਅਟੈਨਸ਼ਨ ਅਟੈਨਸ਼ਨ ਲਵੋ ਪਰ ਪ੍ਰੋਬਾਬਿਲੇ ਲਾ ਪ੍ਰੈਜੈਂਸਾ ਦੀ ਅਨਿਮਾਲੀ ਡੋਮੈਸਟਿਕ ਹੀ ਸੁਲਹ ਕਰ ਜਾਤਾ ਵੀ ਡੋਮੈਸਟਿਕ ਜਿਹੜੇ ਪਾਲਤੂ ਜਾਨਵਰ ਨੇ ਸੁਲਹ ਕਰ ਜਾਤਾ ਰੋਡ ਦੇ ਉੱਤੇ ਆਉਣ ਪ੍ਰੈਜੈਂਸਾ ਮੌਜੂਦ ਹੋਣ ਪ੍ਰੋਬਾਬਿਲੇ ਹੋ ਸਕਦਾ, ਠੀਕ ਹੈ। ਕਹਿੰਦੇ ਫਾਰ ਅਟੈਨਸ਼ਨ ਅਟੈਨਸ਼ਨ ਲਵੋ ਪ੍ਰੋਬਾਬਿਲ ਪ੍ਰੈਜੈਂਸਾ ਮੁਮਕਿਨ ਹੋ ਸਕਦਾ ਮੁਮਕਿਨ ਮੌਜੂਦ ਹੋਣ ਦੀ ਅਨਿਮਾਲੀ ਡੋਮੈਸਟਿਕ ਹੀ ਜਿਹੜੇ ਪਾਲਤੂ ਜਾਨਵਰ ਨੇ ਸੁਲਹ ਕਰ ਜਾਤਾ ਰੋਡ ਦੇ ਉੱਤੇ ਵੇਰ ਹੋਇਆ ਵੀ ਠੀਕ ਹੈ। 6 ਨੰਬਰ ਕੁਐਸਚਨ ਹੈ ਇਨ ਪ੍ਰੈਜੈਂਸ ਆਫ ਸਿਗਨਲ ਰਿਫਿਗਰਾਤ ਔਰ ਸਿਗਨਲ ਮਿਊਗੀ ਵਿੱਚ ਓਬਲੀਗਟੋਰੀਓ ਓਬਲੀਗੋ ਹੈ ਲਾਜ਼ਮੀ ਜ਼ਰੂਰੀ ਹੈ ਉਜ਼ਾਰੇ ਰਿਪੀਟੂਤਾਮੈਂਤੇ ਅਵੀਜ਼ਾਤੋਰ ਅਕੂਸਟਿਕੋ ਓਬਲੀਗੋ ਹੈ ਲਾਜ਼ਮੀ ਹੈ ਕਹਿੰਦੇ ਨੇ ਉਜ਼ਾਰੇ ਇਸਤੇਮਾਲ ਕਰੋ ਯੂਜ਼ ਕਰੋ ਬਾਰ ਬਾਰ ਅਵੀਜ਼ਾਤੋਰ ਅਕੂਸਟਿਕੋ ਅਵੀਜ਼ਾਤੋਰ ਅਕੂਸਟਿਕੋ ਕੀ ਹੁੰਦਾ ਹੋਰਨ ਵਗੈਰਾ ਦਾ ਇਸਤੇਮਾਲ ਕਰੋ ਹੋਰਨ ਦਾ ਪ੍ਰਯੋਗ ਕਰੋ ਹੋਰਨ ਵਗੈਰਾ ਪੀ ਪੀ ਪਾ ਪਾ ਪਰ ਅਲੰਤਾਨਾਰੇ ਵੀ ਲੀ ਅਨਿਮਾਲੀ ਵੀ ਜਿਹੜੇ ਜਾਨਵਰ ਜਿਹੜੇ ਨੇ ਅਲੰਤਨਾਰੇ ਯਾਨੀ ਕਿ ਛੱਡ ਜਾਣ ਰੋਡ, ਠੀਕ ਹੈ। ਗਲਤ ਕਹਿੰਦੇ ਪਏ, ਦੇਖੋ ਜੇ ਇੱਕ ਜੰਗਲੀ ਜਾਨਵਰ ਜਾਂ ਘਰੇਲੂ ਜਾਨਵਰ ਜੇ ਤੁਸੀਂ ਉਹਨੂੰ ਜੇ ਤੁਸੀਂ ਜਾਣਦੇ ਹੋ ਰੋਡ ਦੇ ਉੱਤੇ ਜੇ ਤੁਹਾਨੂੰ ਜਾਨਵਰ ਮਿਲਦਾ ਹੈ ਤੁਹਾਨੂੰ ਚਾਹੀਦਾ ਕਿ ਗੱਡੀ ਆਸ਼ਤਾ ਕਰ ਲਓ ਜਾਂ ਰੋਕ ਲਓ, ਠੀਕ ਹੈ, ਕਿ ਤੁਸੀਂ ਉਹਨਾਂ ਨੂੰ ਹੋਰਨ ਵਗੈਰਾ ਮਾਰੋਗੇ ਮੁਮਕਿਨ ਹੈ ਜਾਨਵਰ ਡਰ ਜਾਵੇ ਔਰ ਮੁਮਕਿਨ ਹੈ ਤੁਹਾਡੇ 'ਤੇ ਅਟੈਕ ਕਰੇ, ਠੀਕ ਹੈ, ਇਸ ਕਰਕੇ ਕਦੇ ਵੀ ਹੋਰਨ ਵਗੈਰਾ ਨਹੀਂ ਮਾਰਨਾ ਵੀ, ਠੀਕ ਹੈ, ਫਾਲਸ ਹੋਇਆ। 7 ਨੰਬਰ ਕੁਐਸਚਨ ਹੈ ਕਹਿੰਦੇ ਪਏ ਇਸ ਨੇ ਫਿਗਰਾ ਤੋਂ ਪਿਰਨੂਚਾ ਉਹਨੂੰ ਯਕੀਨਨ ਇੱਕ ਜ਼ੋਨਾ ਇੱਕ ਏਰੀਆ ਰਿਜ਼ਰਵਾਤ ਰਿਜ਼ਰਵ ਹੈ ਅਲ ਪਾਸਕੋਲੋ ਕੋਨ ਲਾ
di veto di transito gli animali, di veto di transito gli i veicoli a motore. देखो ये जो ना पासकोलो नहीं है अभी, ठीक है। पासकोलो क्यों होंगे? पासकोलो होंगे जो कि एक चरागाह होंगी है जिथे जानवर चरन जाते हैं, खाण पीन जाते, घास फूस, ठीक है। चरागाह जी होंगी है ये वो नहीं है अभी, ठीक है। ये रोड है, रोड के उत्ते खतरा होंगे जानवर आने का, ठीक है। कहने दवे तो त्राजी तो ही विकोली मोटोरे मनाई ट्रांसगन मोटर गड्डी का बिल्कुल फसूल कर रहे हैं। मनाई दवे तो नहीं है अभी, देखो तो सिग्नल इनफेक्ट है अभी, ठीक है। इतना खतरा सिर्फ जानवर हो सकते होम, हो सकते नाम ही होम, ठीक है। इस करके फालस होया। अठ नंबर क्वेश्चन है, सिनेर विरा तो बनू चौंक हो सतरादा यकीन एक रोड है, रिजर्वात क्वेश्चन है एनिमल डोमेस्टिक रिजर्व है, सर्कुलेशन लिए एनिमल डोमेस्टिक डोमेस्टिक यानी कि तुहानू पहले भी दस्सिया कि जिहड़े पालतू जानवर ने उन्होंने एक सर्कुलेशन रिवर रिजर्व है। देखो जानवरों लिए इस तरह की कोई सर्कुलेशन रिजर्व या रोड नहीं होंगी, अभी ट्रैक नहीं होंगे, इस करके फालस होया, ठीक है। नौ नंबर क्वेश्चन है, सिनेर फिकरा तो फिर नूचा सिग्नल जो दसते हैं ये यकीन एक लप्रेजेंस आदि मौजूद होगा विकोली अत्रिशन आने वाली, इतने आगे कहते हैं विकोली त्रिशन आने वाली, त्रश विकोली त्रशियों त्रजियों ने आने वाली होंगे, त्रजियों ने आने वाली जिमें कि जानवरों ना खींची जाने वाली कड़ियाँ, ये उन्होंने गल नहीं कर रहे अभी, फालस होया, ठीक है। इस करके गलत कहने पे। दस नंबर क्वेश्चन है, सिनेर फिकरा तो फिर नू चाहो फतोरिया इन अपेरता कंपानिया एक फैक्ट्री ओपन है जमीन के बीच कंपानिया, ठीक है। गलत कहने पे भी फालस हो, ठीक है। ये भी आउट ऑफ कॉन्टैक्ट गल कर रहे हैं, तो अगे असं चलेंगे नैक्सट पेज के उत्ते, ठीक है। ये भी है हम देखो अटेंशन है आली माली सलवती ची वैजयंती, अटेंशन जो जानवर ने सलवती ची वैजयंती, ठीक है। अगर पहला क्वेश्चन पढ़ते हैं इसका, ठीक है। बेसिकली एनिमल वैजयंती तो पता ही आवारा जानवर, ठीक है। सलवती ची भी जंगली जानवर ही आते हैं, ठीक है। कहते हैं मुमकिन है इतने जंगली जानवर आवारा जानवर जंगल जानवर हो, ठीक है। आवारा एक होर नवयुद्ध होंगे, ठीक है, जो थोड़ा मुमकिन है पालतू ही हो लेकिन आवारा होया, ठीक है। एक सलवती ची होंगे भी प्रोपर जंगली जानवर, ठीक है, हो सकते हैं इसे, ठीक है। कहने सिनेले रफीकरा तो सिने जो दसा प्रनुचा प्रोपा बिले, कहते हैं हो सकता है अतरमेंट तो पार कर लगे हो, सकते पार कर लगे होने ली एनिमल इस सलवती ची जे जंगली जानवर हो सकता रोड पार कर लगे हो, वेर है पॉसीबल है, ठीक है। तो अगे वे दो नंबर क्वेश्चन, सिनेले फिकरा तो रिके दे रिके दे तो पहले भी पूछ रहे हैं, ठीक है, दस रहे हैं रिके दे तकरीबन 16 क्वेश्चन है जिन्हें भी चाहता है वेर वाले में, ईजी ने क्वेश्चन ज़्यादा मुश्किल तो होंगे नहीं है, पर लेकिन फिर भी रिके दे वेर वाले चाहता है, मेरा दसना फर्ज है। कहते सिनेले फिकरा तो रिके दे दी रलंतार है, कहते कि आहिस्ता करो ये लकुरेंजा और जो लाजमी हो फिर रस्तार से रुक जाओ, सेली एनिमल ही दानो सैनी दि स्पावेन तो जे जानवर दान देवन साइन स्पावेन तो होने का डर जाता, तो जे दानो साइन देंगे डर जाता तो की करना है रलंतारे पहले करना रिके दे रलंतारे अल कुरेंजे और जे लाजमी जरूरी हो रस्तार से भी कर लो, ठीक है। वेर होया तीन नंबर क्वेश्चन, सिनेर फिकरा तो रिके दे वेर हो गया इतने क्वेश्चन, ठीक है, रिके दे आ गया दी रलंतारे आस्ता करो अलग रहा रिश्तार से उर्जे लाजमी हो रुक जावो सहेली अनिमाली अत्र बरसानो ये जानवर जोड़े ने पार करते हैं इंप्रोविजो मैनते क्वेश्चन है भी जरा वेला वर्ड नोट कर लो इंप्रोविजो मैनते होंगे अचानक, ठीक है। इंप्रोविजो मैनते जोड़ा ना ये भी जिस क्वेश्चन में आवे वह वेर होंगे, ठीक है। ये तरीके इंप्रोविजो मैनते दोनों आ गए हैं, इंप्रोविजो मैनते जिद आएगा वह भी वेर होंगे, ठीक है। कहते सहेली अनिमाल ही अत्र बरसान जो पार करते हैं इंप्रोविजो मैनते लस्तरादा अचानक रोड पार करते हैं ये जानवर अचानक रोड पार करते हैं, ठीक है। तो आए के करना आहिस्ता करना और जलाजमी और रुक जाना, ठीक है। चार नंबर क्वेश्चन है, सिनेर फिकरा तो परनूचा ला पोसीबिलिता दी त्रोवार पोसीबल है त्रोवार मिल जाए तो हो सकता पोसीबल है हो सकता मिल जाए तो लभ जाए तो इंप्रोविजो मैनते अचानक फिर यह फिर आ गया वेरो वाले क्वेश्चन वाला एक साइन होंगे, ठीक है। इंप्रोविजो मैनते आ गया इंप्रोविजो आ गया पढ़ के करना है इंप्रोविजो मैनते आ गया तो फिर वेरो ही है, ठीक है। इंप्रोविजो मैनते ले एनिमल ही वैजयंती सुल कर जाता अचानक जो जानवर जंगली लभन गए कर जाते दुते वेर होया, ठीक है। कहने से पांच नंबर क्वेश्चन है, से इल सिनेले
ਰੈਫੀਗਰਾਤ ਪਰਨੂਚਾ ਐਸੀਨਾ ਜਿਹੜਾ ਦੱਸਿਆ ਯਕੀਨਨ ਇਰਪ੍ਰੋਬਾਬਿਲੇ ਇੰਪ੍ਰੋਵੀਜ਼ੋ ਅਚਾਨਕ ਹੋ ਸਕਦਾ ਹੈ ਕਿ ਪੱਤਰ ਬਰਸਾਨੋ ਦੀ ਅਨਿਮਾਲੀ ਸਲਵਤੀਚੀ ਅਚਾਨਕ ਪਾਰ ਕਰਨ ਜਿਹੜੇ ਜਾਨਵਰ ਨੇ ਵਿਲਡ ਜਾਨਵਰ ਜਿਹੜੇ ਨੇ ਜੰਗਲੀ ਜਾਨਵਰ ਨੇ ਅਚਾਨਕ ਪਾਰ ਕਰਨ ਫਿਰ ਹੋਇਆ ਠੀਕ ਹੈ। 6 ਨੰਬਰ ਕੁਐਸਚਨ ਹੈ ਕਹਿੰਦੇ ਨੇ ਸੀਨੀਅਰ ਰੈਫੀਗਰਾਤੋ ਰਿਕੇ ਦੇ ਆ ਗਿਆ ਫਿਰ ਹੋ ਗਿਆ ਕੁਐਸਚਨ ਠੀਕ ਹੈ। ਕਹਿੰਦੇ ਰਿਕੇ ਦੇ ਲਗਾਤਾਰ ਪੁੱਛਤਾ ਆਸ਼ਤਾ ਕਰੋ ਪਰ ਅਵਿਤਾਰ ਵੀ ਬਚ ਸਕੋ ਉਲਤੀ ਕੌਨ ਅਨਿਮਾਲੀ ਸਲਵਤੀਚੀ ਵੈਜੈਂਤੀ ਵੀ ਤੁਸੀਂ ਜਿਹੜੇ ਆਵਾਰਾ ਜਾਂ ਜੰਗਲੀ ਜਾਨਵਰ ਨੇ ਉਹਨਾਂ ਨਾਲ ਉਰਤੀ ਉਰਤੀ ਯਾਨੀ ਕਿ ਪਟਕਣ ਤੋਂ ਝਟਕਾ ਲੱਗਣ ਤੋਂ ਯਾਨੀ ਕਿ ਐਕਸੀਡੈਂਟ ਹੋਣ ਤੋਂ ਤੁਸੀਂ ਬਚ ਸਕੋ ਵੇਰ ਹੋਇਆ ਵੀ। 7 ਨੰਬਰ ਕੁਐਸਚਨ ਹੈ ਇਨ ਸਿਨਿਆਲ ਰਫੀਗਰਾਤੋ ਇਸ ਇਨ ਪ੍ਰੈਜੈਂਸ ਦਾ ਸਿਨਿਆਲ ਇਸ ਸਿਗਨਲ ਮਿਊਜ਼ਿਕ ਵਿੱਚ ਰਫੀਗਰਾਤ ਜਿਹੜਾ ਦੱਸਦੇ ਨੇ ਓਬਲੀਗਟੋਰੀਓ ਉਜ਼ਾਰੇ ਰਿਪੀਟੂਤਾਮੈਂਤੇ ਓਬਲੀਗੋ ਹੈ ਤੁਸੀਂ ਬਾਰ ਬਾਰ ਇਸਤੇਮਾਲ ਕਰੋ ਅਵੀਜ਼ਾਤੋਰੇ ਅਕੂਸਟਿਕੋ ਜਿਹੜਾ ਗੱਡੀ ਦਾ ਹੌਰਨ ਵਗੈਰਾ ਇਸਤੇਮਾਲ ਕਰੋ ਜਿਵੇਂ ਅਸੀਂ ਪਿੱਛੇ ਪੜ ਕੇ ਆਏ ਸਾਂ ਉਹ ਵੀ ਗਲਤ ਸੀ ਇਹ ਵੀ ਗਲਤ ਹੈ। ਪਰ ਐਲਨ ਤਾਨਾਰੇ ਲਈ ਅਨਿਮਾਲ ਵੀ ਜਾਨਵਰਾਂ ਨੂੰ ਛੱਡ ਵੀ ਜਾਨਵਰ ਜਿਹੜੇ ਛੱਡ ਜਾਣ ਰੋਡ ਗਲਤ ਕਹਿੰਦੇ ਪਏ ਫਾਲਸ ਹੋ ਗਿਆ ਕਿਉਂਕਿ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਹੈ ਵੀ ਠੀਕ ਹੈ। ਅੱਗੇ ਕਹਿੰਦੇ ਨੇ 8 ਨੰਬਰ ਕੁਐਸਚਨ ਕਿਉਂਕਿ ਹਾਰਨ ਵਗੈਰਾ ਕਿਤੇ ਨਹੀਂ ਵੀ ਜਾਣਾ ਜਾਇਜ਼ ਹੈ ਵੀ ਇਸ ਤਰ੍ਹਾਂ ਠੀਕ ਹੈ ਬੰਦੇ ਵੀ ਹੋਣ ਜਾਨਵਰ ਹੋਣ ਕੋਈ ਚੀਜ਼ ਵੀ ਹੋਇਆ ਇਸ ਤਰ੍ਹਾਂ ਹਾਰਨ ਵੀ ਜਾਣਾ ਜਾਇਜ਼ ਹੈ ਵੀ ਕਿਉਂਕਿ ਖਾਸ ਕਰ ਜਾਨਵਰ ਜੇ ਜਾਨਵਰ ਬੁਰਾ ਮਨਾ ਜਾਣ ਗੁੱਸਾ ਕਾ ਜਾਣ ਹੈ ਤੁਹਾਡੇ ਮਗਰ ਲਾ ਜਾਣਗੇ ਇਸ ਕਰਕੇ ਹਾਰਨ ਵਗੈਰਾ ਨਹੀਂ ਵੀ ਜਾਣਾ। 8 ਨੰਬਰ ਕੁਐਸਚਨ ਹੈ ਸੀਨੀਅਰ ਫਿਗਰਾ ਤੋਂ ਪਰਨੂਚਾ ਉਹਨਾਂ ਏਰੀਆ ਰਿਜ਼ਰਵਾ ਤੋਂ ਅਲ ਤ੍ਰਿਗ੍ਰੈਸ਼ੀਓਨੇ ਦੀ ਅਨਿਮਾਲੀ ਸਲਵਤੀ ਜੀ ਵੀ ਸਰਕੂਲੇਸ਼ਨ ਲਈ ਜਿਹੜੀ ਅਨਿਮਾਲੀ ਸਲਵਤੀ ਜੀ ਨੇ ਅਨਿਮਾਲੀ ਸਲਵਤੀ ਜੀ ਜਿਹੜੇ ਕਿ ਜੰਗਲੀ ਜਾਨਵਰ ਨੇ ਕਹਿੰਦੇ ਉਹਨਾਂ ਏਰੀਆ ਰਿਜ਼ਰਵਾ ਇੱਕ ਏਰੀਆ ਰਿਜ਼ਰਵ ਹੈ। ਦੇਖੋ ਇੱਕ ਏਰੀਆ ਰਿਜ਼ਰਵ ਨਹੀਂ ਰਿਜ਼ਰਵ ਤੋਂ ਮੁਰਾਦ ਵੀ ਇੱਕ ਏਰੀਆ ਇੱਕ ਇਹਨਾਂ ਲਈ ਇੱਕ ਰੋਡ ਜਾਂ ਇੱਕ ਟਰੈਕ ਜਾਂ ਇੱਕ ਏਰੀਆ ਰਿਜ਼ਰਵ ਹੈ ਵੀ ਇੱਥੇ ਹੀ ਚੱਲਣ ਫਾਲਸ ਹੋ ਗਿਆ ਗਲਤ ਕਹਿੰਦੇ ਵੀ ਠੀਕ ਹੈ ਕੋਈ ਏਰੀਆ ਰਿਜ਼ਰਵ ਨਹੀਂ ਹੈ ਇਹ ਰੋਡ ਦੀ ਗੱਲ ਕਰ ਰਹੇ ਵੀ ਰੋਡ ਤਾਂ ਮੁਮਕਿਨ ਹੈ ਕੋਈ ਪਾਰਡ ਕਰਕੇ ਰੋਡ 'ਤੇ ਖੜ੍ਹੇ ਹੋਣ ਜਾਨਵਰ। 9 ਨੰਬਰ ਕੁਐਸਚਨ ਸੀਨੀਅਰ ਫਿਗਰਾ ਤੋਂ ਓਬਲੀਗੋ ਆ ਮਰਚਿਆਰੇ ਅਲ ਚੈਂਤਰੋ ਦਲਾ ਸਰਾਦਾ ਵੀ ਚਲੋ ਤੁਸੀਂ ਰੋਡ ਦੇ ਸੈਂਟਰ ਵਿੱਚ ਪਰ ਐਵਿਤਾਰੇ ਇਨਵੈਸਟੀਰੇ ਲੀ ਅਨਿਮਾਲੀ ਸਲਵੇਤੀ ਜੀ ਵੀ ਤੁਸੀਂ ਬਚ ਸਕੋ ਐਕਸੀਡੈਂਟ ਹੋਣ ਤੋਂ ਨਾਲ ਵੱਜਣ ਤੋਂ ਮਦਾ ਜਿਹੜੇ ਜਾਨਵਰ ਨੇ ਜੰਗਲੀ ਜਾਨਵਰਾਂ ਤੋਂ ਠੀਕ ਹੈ। ਇਸ ਕਰਕੇ ਕਹਿੰਦੇ ਓਬਲੀਗੋ ਮਰਚਿਆਰੇ ਅਲ ਚੈਂਤਰੋ ਦਲਾ ਸਰਾਦਾ ਰੋਡ ਦੇ ਸੈਂਟਰ ਵਿੱਚ ਦੇਖੋ ਰੋਡ ਦੇ ਸੈਂਟਰ ਵਿੱਚ ਚੱਲੋਗੇ ਸਾਹਮਣੇ ਤੋਂ ਆਉਣ ਦੀ ਗੱਡੀ ਵੀ ਤੁਹਾਡੇ ਲਈ ਪ੍ਰੋਬਲਮ ਬਣ ਜਾਏਗੀ ਇਸ ਕਰਕੇ ਚੱਲਣਾ ਤਾਂ ਆਪਣੀ ਸਾਈਡ 'ਤੇ ਹੀ ਠੀਕ ਹੈ। ਰੋਡ ਦੇ ਸੈਂਟਰ ਵੀ ਚੱਲਣ ਨਾਲ ਵੀ ਤੁਸੀਂ ਬਚਣ ਨਹੀਂ ਲੱਗੇ ਆ ਵੀ ਜੇ ਜਾਨਵਰ ਨੇ ਅੱਗੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਇਸ ਕਰਕੇ ਫਾਲਸ ਹੋਇਆ ਠੀਕ ਹੈ ਕਿਉਂਕਿ ਤੁਸੀਂ ਚੱਲਣਾ ਤਾਂ ਹਰ ਸੂਰਤ ਆਪਣੀ ਸਾਈਡ 'ਤੇ ਵੇ। ਇਸੇ ਨੇ ਰਫੀਗਰਾ ਤੋਂ ਕੌਨਸੈਂਟ ਤਾਂ ਸੀਗਾ ਜਿਹੜਾ ਜਾਜ ਦਿੰਦਾ ਹੈ ਇਲਤਰਾਂਜੀ ਉਲਟਰਾਂਜ ਕਰਨੇ ਦੀ ਸੋਲੀ ਵਿਕੋਲੀ ਕੁਆਤਰ ਰੋਤੇ ਮੋਤਰੀ ਚੀ ਸਿਰਫ ਗੱਡੀਆਂ ਨੂੰ ਚਾਰ ਟਾਇਰਾਂ ਵਾਲਿਆਂ ਨੂੰ ਜਿਹੜੇ ਮੋਟਰ ਵਾਲੀਆਂ ਨੇ ਗਲਤ ਹੋ ਗਿਆ ਠੀਕ ਹੈ ਇਹ ਗੱਡੀਆਂ ਵਾਸੀ ਕੋਈ ਰਿਜ਼ਰਵ ਰੋਡ ਨਹੀਂ ਦੱਸ ਰਿਹਾ ਵੀ ਫਾਲਸ ਹੋਇਆ ਠੀਕ ਹੈ ਚਾਰ ਟਾਇਰਾਂ ਵਾਲੇ ਵੈਸੇ ਰਿਜ਼ਰਵ ਰੋਡ ਨਹੀਂ ਦੱਸ ਰਿਹਾ ਵੀ ਇਹ ਦੱਸ ਰਹੇ ਸਿਰਫ ਕਿ ਜਾਨਵਰਾਂ ਦਾ ਖਤਰਾ ਹੈ। ਇਹ ਸਿਨਿਆਲੇ ਰੈਫੀਗਰਾ ਤੋਂ ਇਨ ਦੀ ਗਾਂਢੀ ਕਹਿੰਦੇ ਨੇ ਇਨਗ੍ਰੇਸੋ ਦਿਉਣਾ ਜ਼ੂ ਜ਼ੂ ਕੀ ਹੁੰਦਾ ਜ਼ੂ ਸਫਾਰੀ ਯਾਨੀ ਕਿ ਇੱਕ ਚਿੜੀਆ ਘਰ ਹੈ ਦੇਖੋ ਇਹ ਕਿਉਂ ਚਿੜੀਆ ਘਰ ਦੀ ਗੱਲ ਨਹੀਂ ਕਰ ਰਿਹਾ ਇਸ ਕਰਕੇ ਫਾਲਸ ਹੋਇਆ ਗਲਤ ਕਰਨ ਵਿੱਚ ਠੀਕ ਹੈ। 12 ਨੰਬਰ ਕੁਐਸਚਨ ਸਿਨਿਆਲੇ ਰੈਫੀਗਰਾ ਤੋਂ ਇਨ ਦੀ ਗਾਂਢੀ ਕਹਿੰਦੇ ਨੇ ਇਨਗ੍ਰੇਸੋ ਦਿਉਣਾ ਪਾਰਕੋ ਨੈਸ਼ਨਾਲੇ ਇੱਕ ਪਾਰਕੋ ਨੈਸ਼ਨਾਲੇ ਦਾ ਇੰਟਰਸ ਹੈ ਗਲਤ ਕਹਿੰਦੇ ਵੀ ਇੱਕ ਨੈਸ਼ਨਲ ਪਾਰਕ ਦਾ ਇੰਟਰਸਟ ਨਹੀਂ ਹੈ ਵੀ ਇਹ ਠੀਕ ਹੈ ਇਸ ਕਰਕੇ ਇਹ ਫਾਲਸ ਹੋਇਆ ਕਿਉਂਕਿ ਨੈਸ਼ਨਲ ਪਾਰਕ ਦਾ ਇਹ ਬੋਰਡ ਇਹ ਨਹੀਂ ਹੁੰਦਾ ਹੈ ਵੀ ਠੀਕ ਹੈ। ਨੈਕਸਟ ਪੇਜ 'ਤੇ ਆ ਜਾਓ ਜਿਹੜਾ ਕਿ ਇੱਥੋਂ ਹੈ ਦੱਸ ਰਿਹਾ ਕਿ ਇਹ 113 ਨੰਬਰ ਪੇਜ ਹੈ ਚੈਪਟਰ ਨੰਬਰ 2 ਹੀ ਹੈ ਕਹਿੰਦਾ ਪਿਆ ਕਿ ਦੋਪੀ ਸੈਂਸ ਵਿੱਚ ਕ੍ਰੈਸ਼ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਯਾਨੀ ਕਿ ਅੱਗੇ ਦੋਪੀ ਸੈਂਸ ਵਿੱਚ ਕ੍ਰੈਸ਼ ਤੋਂ ਮੁਰਾਦ ਯਾਨੀ ਕਿ ਮੁਮਕਿਨ ਪਹਿਲੇ ਸੀਗਾ ਰੋਡ ਸੈਂਸ ਹੋਣਗੇ ਹੁਣ ਦੋਪੀ ਸੈਂਸ ਸ਼ੁਰੂ ਹੋ ਗਿਆ ਯਾਨੀ ਕਿ ਅੱਗੇ ਸਾਹਮਣੇ ਤੋਂ ਗੱਡੀਆਂ ਆਉਣਗੀਆਂ ਠੀਕ ਹੈ ਯਾਨੀ ਕਿ ਹੁਣ ਇਤਿਹਾਸ ਅਦਾ ਕਰਨੀ ਪੈਣੀ ਹੈ। ਕਹਿੰਦੇ ਨੇ ਸਿਨਿਆਲ ਰੈਫੀਗਰਾ ਤੋਂ ਸਿਗਨਲ ਜਿਹੜੇ ਦੱਸੇ ਨੇ ਪਰ ਨੂੰ ਚਾਹੇ ਉਹਨਾਂ ਕਰਜਾ ਤਾਂ ਸੈਂਸ ਹੋਣੀ ਕੋਈ ਯਕੀਨ ਨਹੀਂ ਕਰਜਾ ਤਾਂ ਹੈਗਾ ਸੈਂਸ ਹੋਣੀ ਕੋ ਦਿਵੰਤ ਆ ਦੋਪੀ ਸੈਂਸ ਜਿਰਗਰਸ਼ਨ ਹੋ ਗਿਆ ਇੱਕ ਦੋਪੀ ਸੈਂਸ ਜਿਰਗਰਸ਼ਨ ਹੈ ਠੀਕ ਹੈ ਦੇਖੋ ਕੀ ਸੀ ਇਹ ਪਰ ਨੂੰ ਚਾਹੇ ਉਹਨਾਂ ਕਰਜਾ ਤਾਂ ਯਕੀਨ ਨਹੀਂ ਕਰਜਾ ਤਾਂ ਜਿਹੜਾ ਵੇ ਅਸੈਂਸ ਹੋਣੀ ਕੋ ਕਰਜਾ ਤਾਂ ਜਿਹੜਾ ਕਿਵੇਂ ਸੈਂਸ ਹੋਣੀ ਕੋ ਹੈ ਠੀਕ ਹੈ ਦਿਵੰਤ ਤਾਂ ਹੁਣ ਹੋ ਗਿਆ ਹਾਲਦੀ ਘੜੀ ਦੋਪੀ ਸੈਂਸ ਜਿਰਗਰਸ਼ਨ ਹੈ ਠੀਕ ਹੈ ਸੈਂਸ ਹੋਣੀ ਕਹਿੰਦਾ ਇੱਕ ਪਹਿਲੇ ਆਉਣ ਜਾਣ ਵਾਲਾ ਸਾਹਮਣੇ ਤੋਂ ਆਉਂਦੀ ਗੱਡੀਆਂ ਨਹੀਂ ਹੁੰਦੀਆਂ ਦੋਪੀ ਸੈਂਸ ਦਾ ਆਉਣ ਜਾਣ ਵਾਲਾ ਪਹਿਲੇ ਸੀ ਇੱਕ ਪਹਿਲੇ ਜਾਣ ਵਾਲਾ ਹੁਣ ਦੋਪੀ ਸੈਂਸ ਹੋ ਗਿਆ ਠੀਕ ਹੈ ਫਿਰ ਹੋਇਆ ਅੱਗੇ 2 ਨੰਬਰ ਕੁਐਸਚਨ ਹੈ ਸਿਨਿਆਲ ਰੈਫੀਗਰਾ ਤੋਂ
अलोरा ए सिग्नल सी, ठीक है जी। दो पेशेंस क्वेश्चन है, पहले सीखा सेंस होने को, दो पेशेंस हो गया। दो नंबर क्वेश्चन है, सीनियर फिक्रा तो ऐसे ये दस ने के पोको अल्तर थोड़े दिन आगे जाके सी पोतेरानो इन कौन त्रारे विकोली के मर्चियानो इन सेंसो अपोस्तो, कहने पोको अल्तर थोड़े दिन आगे जाके सी इन पोत्रे पोतेरानो इन कौनत्रानो उस तुम मिलन विकोली गड़िया के मर्चियानो इन सेंसो अपोस्तो, जी अपोजिट साइड तो चलदियाँ हूँ फिर होया जी अपोजिट साइड चल दी गड्डिया उस तुम मिलने, ठीक है। तीन नंबर क्वेश्चन है, सीनियर फिरा तो परनूचा के तेरमिना एल सेंस होनी को दिचर प्रश्न है, खत्म हो गया एक सेंस होनी को दिचर प्रश्न है। देखो एक कहते ने परनूचा होनो के तेरमिना विच किन खत्म हो गया है, ये एल सेंस होनी को दिचर प्रश्न है वेर होया क्योंकि सेंस होनी की दिचर प्रश्न है जरा सीगा वो खत्म हो गया हूँ, इसे करके दो पी सेंस दिचर प्रश्न खत्म शुरू होया, ठीक है। सेंस होनी को खत्म होया दो पी सेंस शुरू होया। चार नंबर क्वेश्चन ये तो सिंपल तुम्हें पता ही है कि असी अपनी 20 बार पढ़ चुके हैं, कहने सीनियर फिर तुम सीनियर की पैरिकलो एक सिग्नल खतरे का वह फिर होया क्योंकि खतरे के सैनल की पैरिकलो अभी पढ़ रहे हैं। इसने विगराह तो इंडिका इंडिकेट करते हैं कि पोक कॉल तो थोड़े दिन अगे जाके अकूरे उजारे मयोरे प्रदंजा अकूरे उजारे लाजिमी इस्तेमाल करो मयोरे प्रदंजा ज़्यादा एहतियात करो अगे थोड़े अगे जाके थोड़े अगे जाके पूरे उजारे मैक्सिमम प्रयोग करो मयोर प्रदंजा ज़्यादा सावधानी ज़्यादा एहतियात मैक्सिमम सावधानी ज़्यादा सावधानी या ज़्यादा एहतियात करो, ठीक है। अगे जाके फिर होया छे नंबर क्वेश्चन, सीनियर फिर रात तो सेफोन दो जालो जे पीला होवे, जे पीला होवे तो की होगा जिमें कि तुम सारे पता है कि पीला होगा तो ये लवोरिन कोर्सो रोड पर काम कर लगे ने पोस्ट तो इन प्रदंजा लगे होगा जितना मौजूद है दी लवोरिन कोर्सो रोड काम कर रोडा काम कर लगे ने, ठीक है। फिर होया भी ठीक कहते हैं। सत्त नंबर क्वेश्चन इन प्रिंसिपल सिनेर फिगरा तो सिग्नल म्यूजिक विच इल सुरपासो ई कंसेंटी तो सुरपासो करने दी सुरपासो से कंसेंटी तो इजाजत है देवी एस रे एफ कहने जे सुरपासो से कंसेंटी तो ई कंसेंटी तो नहीं है भी, ठीक है। कन्फ्यूज ना होना जिमें पहली बार मैं हो गया पढ़ते हैं कहने सुरपासो से कंसेंटी तो सुरपासो करने की अगर इजाजत है तो जे अगर जेकर सुर पर सुरपासो करने की इजाजत है तो देवी उजा एफ देवी एस रे फितवा तो कौन पर्टिकुलर प्रदंजा तुम इन ओवरटेक दे मरहले करो बहुत ज़्यादा सावधानी के नाल बहुत ज़्यादा एहतियात वेर होया बहुत ज़्यादा एहतियात ओवरटेक करने का मरहला करना होंगे, ठीक है। तो बहुत ज़्यादा एहतियात करनी है बहुत ज़्यादा सावधानी बरतनी है। अठ नंबर क्वेश्चन है कहने सीनियर फिगरा तो परनूचा केल ट्रैफिको सी सबोल जे सुए दुए कर जाते सपराते कने के सी ट्रैफिको सी सबोल जे ट्रैफिक होगी अतः दुए कर जाते सपरा दो कर जाते सपरेट हो गए। देखो दो कर जाते नहीं होए अभी ये तो या तो सारा दिन चढ़ गया अभी इतने दो इको कर जाता इको ही है, ठीक है। तो इतने दो कोर्सिया जड़िया सन वो आन जान वाली हो गई ने, ठीक है। दो भी सेंस हो गया, ठीक है। इस करके ये दो कर जाते सपरेट नहीं हो इस करके फालस होया जो कोर्सियाँ जो ने आने जाने हो गए हैं। नौ नंबर क्वेश्चन सीनियर फिगरा तो पेनू चाके ला चिरकशन है दिवंता असेंस होने को चिरकशन हो गया सेंस होने को। देखो इतने उल्ट कह रहे हैं ये सेंस होने को हो गया सिरकशन है ये दो पी सेंस चिरकशन हो गया, ठीक है। इस करके फालस होया। दस नंबर क्वेश्चन है सीनियर फिगरा तो इम्पोन लागू कर दिया दी दारे ला प्रेसिडेंसा भी पहल दौ ई विकोली प्रोविनेंटे इन सेंसो कंट्रारियो भी गड्डी जी सेंसो कंत्रारी सेंसो अपोजिट साइड तो जी आ रही ना की करना है दारे परिचित उन्होंने पहल दौ इसने फिगरा तो पेनू झाइल दृतो की परिचितजा तो सीधे पहल है नहीं सेंस यूनी चलतनाथ दे। देखो सेंस यूनी चलतनाथ दे तो सीधे पहल नहीं है भी, ठीक है। ये गलत कह रहे हैं ये सेंस यूनी चलतनाथ ही है ही नहीं इतने तो रोड दो भी सेंस हो गया, ठीक है। इस करके फालस होया इस करके गलत कहने पे, ठीक है। सेंस यूनी चलतनाथ तो है ही नहीं सेंस यूनी चलतनाथ ही असी तफसील नाल पढ़ांगे पंजवें चैप्टर विच ते असी थोड़ा जिना मैं तुहानू दस्या होया गलबन चौदहवें पंद्रहवें चैप्टर विच चौदहवें पंजवें पंद्रहवें एपीसोड विच केस दे विच, ठीक है। ते उहदे विच तुसी विजिट कर सकते हो सेंस यूनी चलतनाथ जे तुसी तुहानू बेसिक थोड़ी जी इनफॉर्मेशन चाहिए है ये सेंस यूनी चलतनाथ ही नहीं है भी इस करके गलत कहने पे।
ਅੱਗੇ ਕਹਿੰਦੇ ਨੇ 12 ਨੰਬਰ ਕੁਐਸਚਨ ਸੀਨਰ ਫਿਗਰਾ ਤੋਂ ਪਰਨੂਚਾ ਕਿ ਬਿਜ਼ੋਨੇ ਰਲੰਤਾਰੇ ਰੀਅੰਤਰਾਰੇ ਰਿਤੁਰਨਾਰੇ ਦੇਨ ਇਨ ਦੇਂਤਰੋ ਸੋਰੀ ਕਹਿੰਦੇ ਨੇ ਬਿਜ਼ੋਨੇ ਰਿਤੁਰਨਾਰੇ ਇਨ ਦੇਂਤਰੋ ਕਹਿੰਦੇ ਲਾਜ਼ਮੀ ਤੁਸੀਂ ਵਾਪਸ ਮੁੜ ਜਾਓ। ਦੇਖੋ ਇੱਦਾਂ ਦਾ ਸਿਗਨਲ ਨਹੀਂ ਹੈ ਵਾਪਸ ਮੁੜਨੇ ਵਾਲਾ, ਇਹ ਤਾਂ ਸਿਰਫ ਦੱਸ ਰਹੇ ਦੋ ਪੀਸਾਂ ਤੋਂ ਚਿਰਕੁਏਸ਼ਨ ਹੈ, ਫਾਲਸ ਹੋਇਆ ਇਸ ਕਰਕੇ। 14 ਨੰਬਰ ਸਵਾਲ ਸੀਨਰ ਫਿਗਰਾ ਤੋਂ ਪਰਨੂਚਾ ਹੁਣ ਸੈਂਸੋਨਿਕਲ ਤਨਾਅ ਤੋਂ, ਦੇਖੋ ਇਹ ਫਿਰ ਸੈਂਸੋਨਿਕਲ ਤਨਾਅ ਤੋਂ ਤਾਂ ਆ ਗਿਆ, ਇਹ ਸੈਂਸੋਨਿਕਲ ਤਨਾਅ ਤੋਂ ਨਹੀਂ ਹੈ ਵੀ। ਸੈਂਸੋਨਿਕਲ ਤਨਾਅ ਤੋਂ ਕਿਹੜਾ ਹੁੰਦਾ ਹੈ? ਦੇਖੋ ਜੀ ਸੈਂਸੋਨਿਕਲ ਤਨਾਅ ਜਿਹੜਾ ਹੁੰਦਾ ਨਾ, ਇਹ ਦੋ ਸਾਈਨ ਨੇ, ਇਹ ਇੱਕ ਹੁੰਦਾ ਹੈ ਜਿੱਥੇ ਤੁਹਾਨੂੰ ਸੱਜੇ ਨੂੰ ਤੁਹਾਨੂੰ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਪੈਲ ਹੈ, ਠੀਕ ਹੈ, ਇੱਕ ਗਲੀ ਦੇ ਇੱਕ ਸਾਈਡ 'ਤੇ ਇਹ ਲੱਗਿਆ ਹੋਵੇਗਾ, ਯਾਨੀ ਕਿ ਇੱਥੇ ਸੱਜੇ ਖੱਬੇ ਨੂੰ ਪਹਿਲ ਨਹੀਂ ਹੁੰਦੀ, ਫਰੰਟ ਤੋਂ ਆਉਂਦੀ ਗੱਡੀ ਤੋਂ ਪਹਿਲ ਹੈ, ਯਾਨੀ ਕਿ ਜਿਹੜੀ ਫਰੰਟ ਤੋਂ ਆਵੇਗੀ ਕਿ ਰੈੱਡ ਸਿਗਨਲ ਦੀ ਨਿਸ਼ਾਨ ਹੈ ਨਾ, ਉਹ ਤੁਹਾਨੂੰ ਪਹਿਲ ਦੇਗੀ, ਠੀਕ ਹੈ। ਅਤੇ ਦੂਸਰੇ ਨੰਬਰ 'ਤੇ ਇਹਦੇ ਨਾਲ ਵਾਲਾ ਇਹ ਸਿਗਨਲ ਹੈ, ਠੀਕ ਹੈ ਜੀ, ਇਸ ਦੂਜੀ ਸਾਈਡ 'ਤੇ, ਇੱਕ ਸਾਈਡ 'ਤੇ ਲੱਗਿਆ ਹੋਵੇਗਾ, ਦੂਜੀ ਸਾਈਡ 'ਤੇ ਲੱਗਿਆ ਹੋਵੇਗਾ, ਇੱਧਰੋਂ ਤੁਸੀਂ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਪਹਿਲ ਦੇਣੀ ਹੈ, ਯਾਨੀ ਕਿ ਜਿਹੜੀ ਗੱਡੀ ਇੱਧਰੋਂ ਜਾਏਗੀ ਉਹਨੇ ਪਹਿਲ ਦੇਣੀ ਹੈ, ਦੂਜੀ ਨੇ ਪਹਿਲ ਲੈਣੀ ਹੈ, ਠੀਕ ਹੈ। ਇਸ ਕਰਕੇ ਇਹ ਸੈਂਸੋਨਿਕਲ ਤਰਨਾਤ ਦਿੰਦੇ ਨੇ, ਉਹ ਸੈਂਸੋਨਿਕਲ ਤਰਨਾਤ ਦੇ ਨਹੀਂ ਹੈਗੇ, ਠੀਕ ਹੈ। ਇਸ ਕਰਕੇ ਇਹ ਵੀ ਸਵਾਲ ਗਲਤ ਹੈ, ਜਿਵੇਂ ਕਿ ਉਤਲਾ ਗਲਤ ਸੀ, ਠੀਕ ਹੈ, ਜਿਵੇਂ ਕਿ ਉਤਲਾ 11 ਨੰਬਰ ਗਲਤ ਸੀ, ਇਸ ਤਰ੍ਹਾਂ ਇਹ ਵੀ ਕਹਿੰਦੇ ਵੀ ਸੈਂਸੋਨਿਕਲ ਤਰਨਾਤ ਤੋਂ ਫਾਲਸ ਹੋਇਆ, ਠੀਕ ਹੈ। ਇਹ ਦੋ ਵੀ ਸੈਂਸੋ ਕੁਐਸਚਨ ਹੈ ਸ਼ੁਰੂ ਹੋਇਆ ਤੋਂ। 14 ਨੰਬਰ ਸੀਨੀਅਰ ਫਿਗਰਾ ਤੋਂ ਉਹਨਾਂ ਪ੍ਰੋਵੀਜ਼ੋ ਇੱਕ ਨੋਟਿਸ ਹੈ, ਦੀ ਡਾਇਰੈਕਸ਼ਨ ਹੈ ਓਬਲੀਗਟੋਰੀ, ਇੱਕ ਡਾਇਰੈਕਸ਼ਨ ਓਬਲੀਗਟੋਰੀ ਦਾ, ਦੇਖੋ ਇੱਕ ਨੋਟਿਸ ਨਹੀਂ ਹੈ ਵੀ ਡਾਇਰੈਕਸ਼ਨ ਓਬਲੀਗਟੋਰੀ ਦਾ, ਇਸ ਕਰਕੇ ਫਾਲਸ ਹੋਇਆ, ਗਲਤ ਕਹਿੰਦੇ ਪਏ, ਇੱਕ ਨੋਟਿਸ ਨਹੀਂ ਹੈ ਵੀ ਡਾਇਰੈਕਸ਼ਨ ਓਬਲੀਗਟੋਰੀ ਦਾ, ਠੀਕ ਹੈ ਜੀ। ਇਹ ਡਾਇਰੈਕਸ਼ਨ ਪਲੀਸ ਪਲੱਸ ਪਹਿਲੀ ਕਿਸੇ ਤੋਂ ਪਹਿਲਾਂ ਨੋਟਿਸ ਤਾਂ ਦੂਜੀ ਗੱਲ, ਡਾਇਰੈਕਸ਼ਨ ਓਬਲੀਗਟੋਰੀ ਹੈ ਹੀ ਨਹੀਂ ਹੈ, ਡਾਇਰੈਕਸ਼ਨ ਓਬਲੀਗਟੋਰੀ ਉਹ ਹੋਰ ਚੀਜ਼ ਹੁੰਦੇ ਨੇ, ਉਹ ਗੋਲ ਹੁੰਦੇ ਨੇ, ਬਲੂ ਹੁੰਦੇ ਨੇ ਸਿਗਨਲ ਉਹ, ਠੀਕ ਹੈ, ਜਿਵੇਂ ਕਿ 8-3, ਠੀਕ ਹੈ ਜੀ। ਇਹ ਹੁਣ ਇਹ ਹੈਗੀਆਂ ਨੇ ਡਾਇਰੈਕਸ਼ਨ ਓਬਲੀਗਟੋਰੀ, ਇਹ ਡਾਇਰੈਕਸ਼ਨ ਓਬਲੀਗਟੋਰੀ ਦੇ, ਠੀਕ ਹੈ, ਇਹਦੇ ਵਿੱਚ ਉਹਦੇ ਵਿੱਚ ਬਹੁਤ ਫਰਕ ਹੈ, ਇਹ ਓਬਲੀਗੋ ਦੇ ਗੋਲ ਨੇ ਔਰ ਬਲੂ ਨੇ, ਠੀਕ ਹੈ, ਉਹ ਹੈ ਵੀ 3 ਗੁੱਠਾਂ ਵਾਲੇ ਨੇ, ਉੱਪਰ ਬਲੂ ਵੀ ਨਹੀਂ ਹੈ, ਇਸ ਕਰਕੇ ਗਲਤ ਕਰਨੇ ਪਏ, ਇਹ ਡਾਇਰੈਕਸ਼ਨ ਓਬਲੀਗਟੋਰੀ ਉਹ ਨਹੀਂ ਹੈ ਵੀ। ਅੱਗੇ ਆ ਕੇ ਸਾਡੇ ਕੋਲ 14 ਨੰਬਰ ਅਦੋਰਾ, ਇਸ 14 ਨੰਬਰ ਪੇਜ 2 ਨੰਬਰ ਚੈਪਟਰ ਹੈ, ਅਤੇ ਇਹ ਹੈਗੇ ਹੈ ਪ੍ਰੋਵੀਜ਼ੋ ਦੀ ਚਿਰਕੁਲੇਸ਼ਨ ਰੋਤੋਰੀ ਹੈ, ਰੋਤੋਰੀ ਸਿਸਟਮ ਹੈ, ਸਰਕੂਲੇਸ਼ਨ ਹੈ, ਠੀਕ ਹੈ, ਵੀ ਇੱਥੋਂ ਤੁਸੀਂ ਰੋਤੋਰੀ ਸਿਸਟਮ ਨਾਲ ਘੁੰਮਣਾ ਵਾ, ਅਤੇ ਇਹਦੇ ਬਾਰੇ ਪੜ੍ਹਦੇ ਹਾਂ, ਜਿਵੇਂ ਤੀਰ ਦੇ ਨਿਸ਼ਾਨ ਕਹਿੰਦੇ ਨੇ ਨਾ, ਉਵੇਂ ਤੁਸੀਂ ਚੱਲਣਾ, ਪਹਿਲੀ ਗੱਲ, ਠੀਕ ਹੈ। ਇਹ ਨੋਟਿਸ ਦੇਣ ਵਾਲਾ ਸਿਗਨਲ ਹੁੰਦਾ ਵੀ ਖਤਰਾ ਦੱਸ ਰਿਹਾ ਵੀ ਕਿ ਅੱਗੇ ਤੋਂ ਅਸੀਂ 150 ਮੀਟਰ ਅੱਗੇ ਜਾਓਗੇ ਤਾਂ ਤੁਹਾਨੂੰ ਰੋਤੋਰੀਆ ਮਿਲੇਗਾ, ਠੀਕ ਹੈ, ਇਸ ਕਰਕੇ ਤੁਹਾਨੂੰ ਇਹ ਨੋਟਿਸ ਦੇਣ ਲਈ ਹੈ, ਇਹ ਖਤਰਾ ਦੱਸਣ ਲਈ ਹੈ, ਠੀਕ ਹੈ ਜੀ, ਕਿ ਜਿਵੇਂ ਤੀਰ ਦੇ ਨਿਸ਼ਾਨ ਕਹਿੰਦੇ ਵੀ ਉਵੇਂ ਘੁੰਮੋ, ਅੱਗੇ ਇੱਕ ਹੋਰ ਬੋਰਡ ਲੱਗਿਆ ਹੋਵੇਗਾ ਜਿਸ ਟਾਈਮ ਤੁਸੀਂ ਨੇੜੇ ਪਹੁੰਚ ਰਹੋਗੇ ਤਾਂ, ਠੀਕ ਹੈ। ਇਹ 1 ਨੰਬਰ ਸਿਗਨਲ ਹੈ, ਕਹਿੰਦੇ ਸਿਗਨਲ ਫਿਰਾ ਤੋਂ ਪਿਰਨੂ ਵਿੱਚ ਸਿਗਨਲ ਜਿਹੜਾ ਦੱਸਿਆ ਵੀ ਯਕੀਨ ਹੈ, ਉਹਨਾਂ ਇੰਗਰੋਚੀਆ ਇੱਕ ਚੌਂਕ ਹੈ ਦਾ ਦੂਏ ਓਪਿਊ ਸਤਰਾ ਦੇ ਐਕਸਟਰਾ ਰੁਬਾਨ ਰਗੁਲਾਤੇ, ਜੇ 2 ਜਾਂ 2 ਤੋਂ ਵੱਧ ਸਤਰਾ ਦੇ ਐਕਸਟਰਾ ਰੁਬਾਨ ਸ਼ਹਿਰ ਤੋਂ ਬਾਹਰ ਵਾਲੇ ਰੈਗੂਲਰ ਨੇ, ਹੁਣ ਸਰਕੂਲੇਸ਼ਨ ਰੋਤੋਰੀ ਜਿੱਥੇ ਸਰਕੂਲੇਸ਼ਨ ਰੋਤੋਰੀ ਸਿਸਟਮ ਨਾਲ ਹੈ, ਵੇਰ ਹੋਇਆ, ਯਾਨੀ ਕਿ ਘੱਟੋ ਘੱਟ 2 ਹੋਣਗੇ ਜਾਂ 2 ਤੋਂ ਵੱਧ ਹੋਣਗੇ, ਠੀਕ ਹੈ, ਜਿੱਥੇ ਕਿ ਸਰਕੂਲੇਸ਼ਨ ਸਿਸਟਮ ਹੈ ਰੋਤੋਰੀਆ ਨਾਲ, ਠੀਕ ਹੈ। ਆਮ ਚੌਂਕ ਨਹੀਂ ਹੈ, ਰੋਤੋਰੀਆ ਵੇ ਗੋਲ ਘੁੰਮਣ ਵਾਲਾ, ਇਹਦੇ ਸੈਂਟਰ ਵਿੱਚ ਅਯੂਲਾ ਬਾਗ ਵਗੈਰਾ ਫੰਤਾਨਾ ਆਪਣਾ ਕਈ ਵਾਰੀ ਫੁਹਾਰਾ ਵਗੈਰਾ ਲਗਾਏ ਜਾਂਦੇ ਨੇ ਦਰਜੀ ਦਾ, ਠੀਕ ਹੈ, ਕਈ ਵਾਰ ਮਜਸਮੇ ਵਗੈਰਾ ਲਗਾਏ ਜਾਂਦੇ ਨੇ। ਇਸ ਨੇ ਫਿਗਰਾ ਤੋਂ ਜਿਹੜਾ ਸਿਗਨਲ ਦੱਸੇ ਨੇ ਪਰਨੂ ਚਾਹੁਣੋ ਇਨਕਰੋਚ ਯਕੀਨ ਇੱਕ ਚੌਂਕ ਹੈ ਦੀ ਪਿਊ ਸਤਰਾਦਾ ਰੈਗੂਲਾਤਾ ਕੁੰਨ ਜੁਰਕਰਸ਼ਨ ਨਾਲ ਸੈਂਸੋ ਇੰਡੀਕਾ ਦਲਾ ਫਰੀਚੇ, ਸਤਰਾਦਾ ਜਿਹੜਾ ਰੈਗੂਲਰ ਹੈ ਉਹ ਇੰਡੀਕੇਟ ਕਰਦੇ ਨੇ ਪਏ, ਜਿਵੇਂ ਇੰਡੀਕੇਟ ਕਰਦਾ ਪਿਆ ਇੰਡੀਕਾ ਦਲਾ ਫਰੀਚੇ, ਜਿਵੇਂ 30 ਦਿਨ ਇੰਡੀਕੇਟ ਕਰਦੇ ਨੇ, ਮੈਂ ਉਵੇਂ ਇਸ ਰੋਡ 'ਤੇ ਰੈਗੂਲਰ ਕਰਨਾ, ਸਰਕੂਲੇਸ਼ਨ ਰੈਗੂਲਰ ਹੋਣਾ ਗੱਡੀਆਂ ਦਾ, ਵੇਰ ਹੋਇਆ, ਜਿਵੇਂ 30 ਦਿਨ ਕਹਿੰਦੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਉਵੇਂ 'ਚ ਅਸੀਂ ਚੱਲਣਾ ਮੈਂ, ਠੀਕ ਹੈ, ਵੇਰ ਹੋਇਆ। 3 ਨੰਬਰ ਕੁਐਸਚਨ ਹੈ, ਸਿਨਰ ਫਿਗਰਾ ਤੋਂ ਇਸ ਰੇ ਸਿਨਰ ਜਿਹੜਾ ਦੱਸਣ ਪਏ ਹੋ ਸਕਦਾ ਹੈ ਉਜ਼ਾ ਤੋਂ ਅਨ ਕੇ ਨਹੀਂ ਚੰਤਰੀ ਬਦਲਦੀ ਸ਼ਹਿਰ ਦੇ ਵਿੱਚ ਵੀ ਇਹਦਾ ਇਸਤੇਮਾਲ ਹੋਇਆ, ਵੇਰ ਹੋਇਆ, ਸ਼ਹਿਰ ਦੇ ਵਿੱਚ ਵੀ ਇਹਦਾ ਇਸਤੇਮਾਲ ਹੋ ਸਕਦਾ, ਠੀਕ ਹੈ, ਠੀਕ ਕਹਿੰਦੇ ਨੇ ਬੇ। 4 ਨੰਬਰ ਕੁਐਸਚਨ ਹੈ, ਸਿਨਰ ਫਿਗਰਾ ਤੋਂ ਵਿਆ ਤਾਂ ਲਾ ਸਬੋਲਤਾ ਅੱਧ ਇਸ ਤਰ੍ਹਾਂ ਕਹਿੰਦੇ ਸੱਜਾ ਮੋੜਨਾ ਬਣਾਈ ਹੈ, ਫਜ਼ੂਰ ਗੱਲ ਹੋ ਗਈ ਨਾ, ਜੇ ਰੋਡ ਹੋਈ ਤਾਂ ਮੁੜੋਗੇ, ਅਲਾ ਪ੍ਰੀਮੋ ਇੰਕਰੋਚੋ ਪਹਿਲੇ ਚੌਂਕ ਵਿੱਚੋਂ, ਦੇਖੋ ਸੱਜੇ ਮੁੜਨ ਦੀ ਵੀ ਇਜਾਜ਼ਤ ਹੋਵੇਗੀ ਜੋ ਰੋਡ ਹੋਵੇਗੀ ਤਾਂ, ਠੀਕ ਹੈ, ਇਸ ਕਰਕੇ ਇਹ ਮਨਾਹੀ ਨਹੀਂ ਕਰਦਾ, ਇਹ ਸਿਗਨਲ ਕਮ ਸੇ ਕਮ ਮਨਾਹੀ ਨਹੀਂ ਕਰਦਾ ਹੈ ਵੀ, ਠੀਕ ਹੈ, ਕੋਈ ਹੋਰ ਮਨਾਹੀ ਨਾ ਹੋਵੇ, ਇਸ ਕਰਕੇ ਫਾਲਸ ਹੋ। 5 ਨੰਬਰ ਕੁਐਸਚਨ ਹੈ, ਸਿਗਨਲ ਫਿਗਰਾ ਤੋਂ ਪਰਨੂ ਚਾ ਸਿਗਨਲ ਜਿਹੜਾ ਦੱਸਿਆ ਵਿੱਚ ਯਕੀਨ ਨਾ, ਉਹਨਾਂ ਸਤਰਾ ਦਾ ਸੈਂਸ ਔਸ਼ੀ ਦਾ ਇੱਕ ਰੋਡ ਹੈ ਬਿਨਾਂ ਐਗਜ਼ਿਟ ਤੋਂ, ਇੱਕ ਰੋਡ ਹੈ ਬਿਨਾਂ ਐਗਜ਼ਿਟ ਤੋਂ, ਬਿਲਕੁਲ ਫਜ਼ੂਲ ਗੱਲ ਕਰ ਰਹੇ ਨੇ, ਬਿਨਾਂ ਐਗਜ਼ਿਟ ਤੋਂ ਜਿਹੜੀ ਰੋਡ ਹੁੰਦੀ ਹੈ ਉਹ ਇਹ ਨਹੀਂ ਹੁੰਦੀ ਹੈ ਵੀ, ਦੇਖੋ ਜੀ ਜਿਹੜੀ ਨਾ ਬਿਨਾਂ ਐਗਜ਼ਿਟ ਤੋਂ ਰੋਡ ਉਹ ਐਂ ਹੁੰਦੀ ਹੈ, ਠੀਕ ਹੈ, ਸਤਰਾ ਦਾ ਸੈਂਸ ਔਸ਼ੀ ਦਾ
ਇਹ ਬਿਨਾਂ ਐਗਜ਼ਿਟ ਤੋਂ ਰੋਡ, ਠੀਕ ਹੈ। ਇਹ ਸਾਹਮਣੇ ਸਾਨੂੰ ਵਾਜ਼ਿਆ ਨਜ਼ਰ ਆ ਰਹੀ ਹੈ, ਈਜ਼ੀਲੀ ਸਮਝ ਆ ਜਾਂਦੀ ਹੈ, ਠੀਕ ਹੈ। ਬਿਨਾਂ ਐਗਜ਼ਿਟ ਤੋਂ ਇਹ ਰੋਡ ਹੁੰਦੀ ਹੈ, ਇੱਧਰ ਰੈੱਡ ਕਲਰ ਪਿਆ ਹੋਇਆ ਨਾ, ਇਹ ਬਿਨਾਂ ਐਗਜ਼ਿਟ ਤੋਂ ਰੋਡ ਹੈ, ਯਾਨੀ ਕਿ ਇੱਧਰ ਅੱਗੇ ਤੁਸੀਂ ਜਾ ਨਹੀਂ ਸਕਦੇ ਇਹ ਵੀ, ਠੀਕ ਹੈ। ਇਸ ਕਰਕੇ ਇਹ ਹੁਣ ਬੋਰਡ ਹੋਰ ਹੈ, ਔਰ ਜਿਹੜਾ ਅਸੀਂ ਪੜ੍ਹਦੇ ਹਾਂ ਵੀ ਇਹ ਹੋਰ ਹੈ, ਠੀਕ ਹੈ। ਇਸ ਕਰਕੇ ਇਹ ਗਲਤ ਕਹਿੰਦੇ ਪਏ ਕਿ ਪੰਜ ਨੰਬਰ ਕੁਸ਼ਚਨ ਅਸੀਂ ਪੜ੍ਹੇ ਸੀ ਕਿ ਸੁਨਹਿਰੀ ਫਿਗਰਾ ਤੋਂ ਪੰਨੂ ਚੌਨ ਉਸਤਰਾ ਦਾ ਜਿਕਨੀ ਰੋਡ ਹੈ ਸੈਂਸ ਹੋ ਜਿੱਦਾਂ ਬਿਨਾਂ ਐਗਜ਼ਿਟ ਤੋਂ, ਪਰ ਕਿ ਬਿਜ਼ੋ ਨੇ ਤੁਰਨਾ ਰਹੇ ਨੇ ਅੰਦਰੋਂ, ਇੱਥੇ ਲਾ ਦਈਏ ਤੁਸੀਂ ਵਾਪਸ ਮੁੜ ਜਾਓ। ਕਿ ਇਹ ਗਲਤ ਕਹਿੰਦੇ ਵੀ ਇੱਥੇ ਬਿਨਾਂ ਐਗਜ਼ਿਟ ਤੋਂ ਰੋਡ ਨਹੀਂ ਹੈ ਵੀ, ਜਿਹੜੀ ਬਿਨਾਂ ਐਗਜ਼ਿਟ ਤੋਂ ਅਸੀਂ ਦੇਖ ਆਏ ਹਾਂ। ਅੱਗੇ ਕਹਿੰਦੇ ਨੇ ਸਿਨਹਿਰੀ ਫਿਗਰਾ ਤੋਂ ਪਰਨੂਚਾ ਸਿਨਹਾ ਜਿਹੜਾ ਦੱਸਿਆ ਵੀ ਯਕੀਨ ਹੈ ਹੁਣ ਸਵਲਤਾ ਸਨੀ ਤਰ੍ਹਾਂ ਖੱਬਿਆ ਮੁੜਨਾ ਹੈ, ਓਬਲੀਗਟੋਰੀ ਹੋ ਇੱਕ ਖੱਬਿਆ ਮੁੜਨਾ ਹੈ, ਓਬਲੀਗਟੋਰੀ ਹੋਇਆ, ਠੀਕ ਹੈ। ਕਹਿੰਦੇ ਉਹਨਾਂ ਸਵਲਤਾ ਸਨਿਸਤਰਾ ਇੱਕ ਖੱਬਾ ਮੁੜਨਾ ਓਬਲੀਗਟੋਰੀ ਹੋਇਆ, ਇੱਕ ਖੱਬਾ ਮੁੜਨਾ ਦੇਖੋ ਓਬਲੀਗਟੋਰੀ ਨਹੀਂ ਹੈ ਵੀ, ਇਸ ਕਰਕੇ ਫਾਲਸ ਹੋਇਆ ਗਲਤ ਕਹਿੰਦੇ ਵੀ, ਠੀਕ ਹੈ। ਖੱਬਾ ਮੁੜਨਾ ਕੋਈ ਓਬਲੀਗੋ ਨਹੀਂ ਹੈ ਵੀ। ਅੱਗੇ ਆਵੇ ਸਬੋਕਸ ਹੋਇਆ ਉਹਨਾਂ ਮੋਲੋ ਅਰਜੀ ਨੇ ਕਿਨਾਰਾ ਜਿਹਾ ਹੋਇਆ, ਠੀਕ ਹੈ। ਸਬੋਕਸ ਹੋਇਆ ਮੋਲ ਯਾਨੀ ਕਿ ਅਰਜੀ ਨੇ ਕਿਨਾਰਾ ਕੀ ਹੁੰਦਾ, ਕਿਨਾਰਾ ਯਾਨੀ ਕਿ ਇੱਕ ਰੋਡ ਦਾ ਕਿਨਾਰਾ ਵੇ, ਜਾਂ ਫਿਰ ਇੱਕ ਜਿੱਥੇ ਕਿਸ਼ਤੀਆਂ ਦੇ ਪੋਰਟ ਹੁੰਦਾ ਨਾ ਉਹ ਕਿਨਾਰਾ ਵੇ, ਜਿੱਥੇ ਕਿ ਦੇਖਦੇ ਬੇਸਿਕਲੀ ਇੱਥੇ ਖਤਰਾ ਹੁੰਦਾ ਕਿ ਜੇ ਹਨੇਰਾ ਨੂਰਾ ਹੁੰਦਾ ਜਾਂ ਲੇਟ ਨਾਈਟ ਤੁਸੀਂ ਜਾਂਦੇ ਹੋ, ਜਾਂ ਤੁਸੀਂ ਦਿਨੇ ਵੀ ਜਾਂਦੇ ਹੋ, ਤੁਸੀਂ ਤੁਹਾਨੂੰ ਨੋਟਿਸ ਦਿੰਦੇ ਨੇ ਕਿ ਅੱਗੇ ਜ਼ਿਆਦਾ ਨਹੀਂ ਜਾਣਾ ਜਾਂ ਧਿਆਨ ਨਾਲ ਜਾਣਾ, ਇੱਕ ਕਿਨਾਰਾ ਵੇ ਰੋਡ ਦਾ, ਇੱਥੇ ਰੋਡ ਖਤਮ ਹੋਣੀ ਹੈ, ਔਰ ਗੱਡੀ ਦਾ ਗਹਿਰੇ ਪਾਣੀ ਵਿੱਚ ਡਿੱਗਣ ਦਾ ਖਤਰਾ ਹੁੰਦਾ, ਕਿਉਂਕਿ ਜਿਹੜਾ ਇਹ ਥਾਂ ਜਿਹੜੀ ਬਣਾਈ ਹੁੰਦੀ ਨਾ, ਇੱਕ ਨੋਰਮਲੀ ਹੁੰਦੇ ਜਹਾਜ਼ਾਂ ਜਾਂ ਕਿਸ਼ਤੀਆਂ ਦਾ ਅੱਡਾ ਵਗੈਰਾ 'ਤੇ ਬਣਾਈ ਹੁੰਦੀ ਨੇ, ਜਿੱਥੇ ਉਹ ਨਾਲ ਆ ਕੇ ਅਤੇ ਲੱਗ ਕੇ ਖਲੋਂਦੇ ਨੇ ਆਪਣੇ ਪੋਰਟ 'ਤੇ, ਠੀਕ ਹੈ। ਅਤੇ ਇਹ ਜਿਤਨੇ ਜਹਾਜ਼ ਉੱਤੇ ਨਜ਼ਰ ਆਉਂਦੇ ਇੰਨੇ ਹੀ ਥੱਲੇ ਆਉਂਦੇ ਨੇ, ਠੀਕ ਹੈ। ਇਸ ਕਰਕੇ ਗਹਿਰਾਈ ਹੁੰਦੀ ਹੈ ਪਾਣੀ ਦੇ ਵਿੱਚ ਬਹੁਤ ਜ਼ਿਆਦਾ, ਅਤੇ ਅੱਗੇ ਟੈਨਸ਼ਨ ਨਾਲ ਜਾਓ ਜ਼ਰਾ, ਠੀਕ ਹੈ। ਕਹਿੰਦੇ ਸਿਨੇਰ ਫਿਗਰਾ ਤੋਂ ਪਰਨੂਚਾ ਲਸਬੋਕੋ ਦਲਾ ਸਰਾਹ ਦਾ ਸੂ ਉਹਨਾਂ ਬੰਕੀਨਾ ਪੁਰਤੁਆਲ ਹੈ। ਕਹਿੰਦੇ ਸਬੋਕੋ ਦਲਾ ਸਰਾਹ ਦਾ ਹੈ ਰੋਡ ਦਾ ਇੱਕ ਬੰਕੀਨਾ ਇੱਕ ਕਿਨਾਰਾ ਵੇ ਪੁਰਤੁਆਲ ਹੈ, ਇੱਕ ਕਿਨਾਰਾ ਵੇ ਪੁਰਤੁਆਲ ਦਾ, ਪੁਰਤੁਆਲ ਜਾਂ ਕਿਸ਼ਤੀਆਂ ਦਾ ਪੋਰਟ ਦਾ ਇੱਕ ਕਿਨਾਰਾ, ਯਾਨੀ ਕਿ ਕਿਸ਼ਤੀਆਂ ਦਾ ਅੱਡਾ ਹੈ, ਠੀਕ ਹੈ। ਜਿਵੇਂ ਜਹਾਜ਼ਾਂ ਦਾ ਏਅਰਪੋਰਟ ਹੁੰਦਾ, ਜਿਵੇਂ ਗੱਡੀਆਂ ਦਾ ਅੱਡਾ ਹੁੰਦਾ, ਇਸ ਤਰ੍ਹਾਂ ਇਹਨਾਂ ਦਾ ਵੀ ਇੱਕ ਪੋਰਟ ਹੁੰਦਾ ਜਾਂ ਕਿਸ਼ਤੀਆਂ ਦਾ ਅੱਡਾ ਹੁੰਦਾ, ਠੀਕ ਹੈ। ਇਸ ਕਰਕੇ ਵੇਰ ਹੋਇਆ। ਅੱਗੇ ਦੋ ਨੰਬਰ ਕੁਸ਼ਚਨ ਸੀ, ਫਿਗਰਾ ਤੋਂ ਪਰਨੂਚਾ ਲੋ ਸਬੋਕੋ ਦਲਾ ਸਰਾਹ ਦਾ ਉਹਨਾਂ ਸੂਆ ਨਾ ਮੋਲੋ, ਸਬੋਕੋ ਸੂਆ ਨਾ ਮੋਲੋ ਹੈ, ਠੀਕ ਹੈ। ਵੇਰ ਹੋਇਆ ਕਿਉਂਕਿ ਸਬੋਕੋ ਸੂਆ ਨਾ ਮੋਲੋ ਤੂੰ ਮੁਰਾਦ ਜਾਏਂਗੇ ਕਿ ਇੱਕ ਕਿਨਾਰਾ ਵੇ, ਇੱਕ ਜਿੱਥੇ ਕਿ ਜਾ ਕੇ ਰੋਡ ਖਤਮ ਹੁੰਦੀ ਜਿੱਥੇ ਕਿਸ਼ਤੀਆਂ ਦਾ ਪੋਰਟ ਹੈ, ਠੀਕ ਹੈ। ਵੇਰ ਹੋਇਆ ਵੀ ਕਹਿੰਦੇ ਸਿਨਹਿਰੀ ਫਿਗਰਾ ਤੋਂ ਲੋ ਸਬੋਕੋ ਦਲਾ ਸਰਾਹ ਦਾ ਸੁਲ ਅਰਜੀ ਨੇ ਦੀ ਫਿਓਮ ਹੈ, ਸਬੋਕੋ ਦਲਾ ਸਰਾਹ ਦਾ ਇੱਕ ਸੁਲ ਅਰਜੀ ਨੇ ਕਿਨਾਰੇ 'ਤੇ ਦੀ ਉਹਨਾਂ ਫਿਓਮ ਹੈ, ਇੱਕ ਦਰਿਆ ਦੇ ਕਿਨਾਰੇ 'ਤੇ, ਠੀਕ ਹੈ, ਜਾਂ ਨਹਿਰ ਦੇ ਦਰਿਆ ਦੇ ਕਿਨਾਰੇ 'ਤੇ। ਵੇਰ ਹੋਇਆ ਵੀ ਠੀਕ ਹੈ। ਚਾਨਵ ਕੁਸ਼ਚਨ ਸਿਨਹਿਰੀ ਫਿਗਰਾ ਤੋਂ ਲਾ ਲਾ ਸਬੋਕੋ ਦਲਾ ਸਰਾਹ ਦਾ ਸੁਲ ਅਰਜੀ ਨੇ ਦੀ ਉਹਨਾਂ ਕਨਾਲੇ ਦੇਖੋ ਦਰਿਆ ਹੋਵੇ ਫਿਓਮੇ ਹੋਵੇ ਜਾਂ ਕਨਾਲੇ ਹੋਵੇ ਸੇਮ ਚੀਜ਼ ਹੈ, ਠੀਕ ਹੈ। ਅਤੇ ਇਸ ਕਰਕੇ ਵੇਰੋ ਹੈ, ਇਹ ਦਰਿਆ ਜਾਂ ਨਹਿਰ ਵੀ ਉਹਨੂੰ ਕਹਿੰਦੇ ਨੇ, ਅਤੇ ਇਸ ਕਰਕੇ ਇਹ ਵੀ ਠੀਕ ਕਹਿੰਦੇ ਨੇ ਵੀ ਵੇਰੋ ਹੋਇਆ। ਸਿਨਹਿਰੀ ਫਿਗਰਾ ਤੋਂ ਪਰਨੂ ਚਾਹੁੰਦਾ ਉਹਨਾਂ ਪੈਰੀਕਲੋ ਦੀ ਕੱਦੂ ਤਾਂ ਨੱਕ ਪਿਆ, ਯਕੀਨ ਇੱਕ ਪੈਰੀਕਲੋ ਖਤਰਾ ਵੇ ਕੱਦੂ ਤਾਂ ਡਿੱਗਣ ਦਾ ਨੱਕ ਵਗ ਪੈਣ ਦੇ ਵਿੱਚ, ਇਹ ਵੀ ਵੇਰੋ ਹੋਇਆ, ਸਹੀ ਕਹਿੰਦੇ ਨੇ ਵੀ ਠੀਕ ਹੈ। ਸਿਨਹਿਰੀ ਫਿਗਰਾ ਤੋਂ ਉਹਨਾਂ ਸਿਨਿਆਲ ਦੀ ਪੈਰੀਕਲੋ ਇੱਕ ਸਿਗਨਲ ਹੈ ਖਤਰੇ ਦਾ, ਵੇਰ ਹੋਇਆ ਇਹ ਇੱਕ ਖਤਰੇਦਾਈ ਸਿਗਨਲ ਹੈ, ਮੇਰਾ ਖਤਰੇ ਸਿਗਨਲ ਅਸੀਂ ਕਿੰਨੀ ਵਾਰੀ ਪੜ੍ਹ ਚੁੱਕੇ ਹਾਂ ਇਹ, ਹੈ ਨਾ। ਇਸ ਨੇ ਫਿਗਰਾ ਤੋਂ ਉਹਨਾਂ ਵਿਦੋ ਤੋਂ ਹੁੰਦਾ ਪੁੱਲ, ਇਨਕਸਟ੍ਰਕਸ਼ਨ ਹੈ, ਕੰਸਟਰਕਸ਼ਨ ਵਿੱਚ ਹੈ, ਯਾਨੀ ਕਿ ਬਣ ਲੱਗਿਆ ਜੇ ਪੁੱਲ, ਇੱਕ ਗਲਤ ਕਹਿੰਦੇ ਪਏ ਫਾਲਸ ਹੋ ਗਿਆ, ਇੱਕ ਪੁੱਲ ਨਹੀਂ ਹੈ ਜਿਹੜਾ ਬਣ ਲੱਗਿਆ, ਠੀਕ ਹੈ। ਇਸ ਨੇ ਫਿਗਰਾ ਤੋਂ ਓਬਲੀਗੋ ਇਹਦਾ ਰਸਤਾਰ ਸੀ, ਓਬਲੀਗੋ ਰੁਕਣਾ ਇਨ ਕੋਰਸਪੰਡੈਂਸ ਆਦਿ ਉਹਨਾਂ ਪੌਂਤੇ ਮੋਬੀਲ ਇਨ ਮਾਨੋਵਰਾ, ਕਹਿੰਦੇ ਇਹ ਓਬਲੀਗੋ ਹੈ ਇੱਧਰ ਸਾਰ ਸੀ, ਓਬਲੀਗੋ ਰੁਕਣਾ ਇਨ ਕੋਰਸਪੰਡੈਂਸ ਜਿੱਥੇ ਮੌਜੂਦ ਹੈ ਉਹਨਾਂ ਪੌਂਤੇ ਮੋਬੀਲ, ਇੱਕ ਪੌਂਤੇ ਮੋਬੀਲ ਜਿੱਥੇ ਮੌਜੂਦ ਹੈ ਇਨ ਮਨੋਵਰਾ, ਪੌਂਤੇ ਮੋਬੀਲ ਮਨੋਵਰਾ ਕਿੱਥੇ ਹੁੰਦਾ ਹੈ ਜਿਹੜਾ ਅਸੀਂ 102 ਨੰਬਰ ਤੋਂ ਪੜ੍ਹ ਕੇ ਆਏ ਸੀ ਪੇਜ 'ਤੇ ਅਲੋਰਾ, ਦੇਖੋ ਜੀ ਇਹ ਹੁੰਦਾ ਪੌਂਤੇ ਮੋਬੀਲ, ਠੀਕ ਹੈ, ਜਿਹੜਾ ਖੁੱਲ੍ਹਦਾ ਜਾਂ ਬੰਦ ਹੁੰਦਾ, ਠੀਕ ਹੈ। ਇਸ ਕਰਕੇ ਇਹ ਪੌਂਤੇ ਮੋਬੀਲ ਨਹੀਂ ਸੀ, ਇਹ ਵੀ ਗਲਤ ਕਹਿੰਦੇ ਹੁੰਦੇ। ਅਤੇ ਅਦੋਰਾ 8 ਨੰਬਰ ਕੁਸ਼ਚਨ ਅਸੀਂ ਸੀ, ਕਹਿੰਦੇ ਓਬਲੀਗੋ ਦੇ ਰਸਤਾ ਸੀ, ਓਬਲੀਗੋ ਰੁਕਣਾ ਕੋਰਸਪੰਡੈਂਸ ਜਿੱਥੇ ਮੌਜੂਦ ਹੈ ਉਹਨਾਂ ਪੁੰਤਾ ਮੋਬੀਲ ਇਨ ਮਨਾਵਰਾ, ਫਾਲਸ ਹੋ ਗਿਆ, ਇੱਥੇ ਕੋਈ ਪੁੰਤਾ ਮੋਬੀਲ ਹੈ ਹੀ ਨਹੀਂ, ਅਤੇ ਫਿਰ ਅਸੀਂ ਰੁਕਣਾ ਪੈਵੇ। ਅੱਗੇ ਕਹਿੰਦੇ 9 ਨੰਬਰ ਕੁਸ਼ਚਨ ਸੀ, ਫਿਰ ਰਾਤ ਤੋਂ ਪਰਨੂਚਾ ਉਹਨੂੰ ਤਰਾਤੋ ਦੀ ਸਰਾਹ ਦਾ ਯਕੀਨ ਇਸ ਟਾਈਪ ਦੀ ਰੂਟ ਹੈ,
ਦੀ ਇੰਤਰੋਤਾ ਪਰ ਅਲਵਿਓਨੀ, ਅਲਵਿਓਨੀ ਹੁੰਦਾ ਹੈ ਜਿਹੜਾ ਕਿ ਹੁੰਦਾ ਹੈ ਜਿਵੇਂ ਕਿ ਬਾੜ ਆ ਜਾਣੀ, ਜਿਵੇਂ ਕਿ ਸਲਾਬ ਆ ਜਾਣਾ, ਹੜ੍ਹ ਆ ਜਾਣਾ, ਠੀਕ ਹੈ, ਨਹੀਂ ਕਿ ਪਾਣੀ ਹੱਦ ਤੋਂ ਜ਼ਿਆਦਾ ਆਉਣਾ, ਠੀਕ ਹੈ, ਸਲਾਬ ਆ ਜਾਣਾ, ਜਿਵੇਂ ਕਿ ਮਰਜਾਤਾ ਹੁੰਦਾ ਸਮੁੰਦਰੀ ਤੂਫਾਨ ਰਜਿਆਤੇ, ਅਤੇ ਅਲਗਾਮੈਂਟ ਉਹ ਵੀ ਹੜ੍ਹ ਆ ਜਾਣਾ, ਪਾਣੀ ਰੁੜਦਾ ਆ ਜਾਂਦਾ, ਉਹ ਵੀ ਹੜ੍ਹ ਆ ਜਾਣਾ ਹੀ ਹੁੰਦਾ, ਅਲਵਿਓਨੇ ਵੀ ਹੜ੍ਹ ਆ ਜਾਣਾ ਹੀ ਹੁੰਦਾ, ਠੀਕ ਹੈ, ਸਲਾਬ ਆ ਜਾਣਾ, ਇਸ ਕਰਕੇ ਫਾਲਸੋ ਸੀ ਹੜ੍ਹ ਆ ਜਾਣ ਦਾ ਖਤਰਾ ਨਹੀਂ ਦੱਸ ਰਿਹਾ ਵੀ ਉਹ ਹੋਰ ਹੁੰਦੇ ਬੋਲ ਇਸ ਨੇ ਵਿਗਰਾ ਦਸਮ ਕੁਸ਼ਚਨ ਨੇ ਪਿਰਨੂਚਾ ਲੋ ਸਬੋਕ ਸੁਆਨਾ ਪੁੰਤੇ ਮੋਬੀਲ, ਇੱਕ ਪੁੰਤ ਮੋਬੀਲ ਦਾ ਸਾਹਮਣਾ ਆਇਆ, ਗਲਤ ਕਹਿੰਦੇ ਪਏ ਪੁੰਤ ਮੋਬੀਲ ਹੈ ਹੀ ਨਹੀਂ, ਠੀਕ ਹੈ, ਪੁੰਤ ਮੋਬੀਲ ਅਸੀਂ ਹੁਣ ਦੇਖ ਆਏ, ਫਾਲਸ ਹੋਇਆ, ਗਲਤ ਕਹਿੰਦੇ ਪਏ ਇਸ ਨੇ ਫਿਗਰਾ ਤੋਂ ਪਿਰਨੂਚਾ ਪੈਰੀਕਲੋ ਦੀ ਮਰਜਿਆ ਅਤੇ ਮਰਜਿਆ ਤੋਂ ਜਿਹੜਾ ਤੁਹਾਨੂੰ ਲਫ਼ਜ਼ ਦੱਸ ਰਿਹਾ ਸੀ ਆ ਗਿਆ, ਮਰਜਿਆ ਤਾਂ ਹੁੰਦਾ ਸਮੁੰਦਰੀ ਤੂਫਾਨ, ਸਮੁੰਦਰੀ ਮਰਜਿਆ ਅਤੇ ਸਮੁੰਦਰੀ ਤੂਫਾਨ ਦਾ ਕੋਈ ਸਾਈਨ ਨਹੀਂ ਦੱਸ ਰਿਹਾ ਵੀ, ਠੀਕ ਹੈ, ਉਹ ਸਾਈਨ ਹੁੰਦੇ ਨੇ ਉਹ ਹੋਰ ਟਾਈਪ ਦੇ ਹੁੰਦੇ ਨੇ, ਇਸ ਕਰਕੇ ਗਲਤ ਕਿਹਾ, ਫਾਲਸ ਹੋਇਆ। ਇਸ ਨੇ ਫਿਗਰਾ ਤੋਂ ਪਿਰਨੂਚਾ ਉਹਨੂੰ ਏਰੀਆ ਯਕੀਨ ਨਹੀਂ ਏਰੀਆ ਹੈ ਅਤਰੀਜ਼ਾਤਾ ਅਥੋਰਾਈਜ਼ਡ ਹੈ ਪਰ ਇਲਵਾਜੀਓ ਦਲਵਿਕੋਲੀ ਗੱਡੀਆਂ ਧੋਣ ਦੇ ਲਈ ਅਤਰੀਜ਼ਾਤ ਹੈ, ਇੱਕ ਮਨਜ਼ੂਰਸ਼ੁਦਾ ਏਰੀਆ ਜਿਹੜਾ ਗੱਡੀਆਂ ਧੋਣ ਲਈ, ਇਸ ਕਰਕੇ ਇਹ ਗਲਤ ਕਰਨੇ ਵੀ ਠੀਕ ਹੈ, ਇਹ ਗੱਡੀਆਂ ਧੋਣ ਵਾਲੀ ਥਾਂ ਨਹੀਂ ਹੈ ਵੀ, ਠੀਕ ਹੈ, ਇਸ ਕਰਕੇ ਫਾਲਸ ਹੋਇਆ। ਤੇਰਾ ਨੰਬਰ ਕੁਸ਼ਚਨ ਸੀ ਨੇ ਫਿਗਰਾ ਤੋਂ ਸੀ ਰਿਫਰੀਸ਼ੇ, ਇਹ ਅਸਰ ਅੰਦਾਜ਼ ਕਰਦਾ, ਰਿਫਰੀਸ਼ ਹੁੰਦਾ ਅਸਰ ਅੰਦਾਜ਼ ਕਰਨਾ, ਸੀ ਰਿਫਰੀਸ਼ੇ ਪ੍ਰਭਾਵਿਤ ਕਰਦਾ, ਅਸਰ ਅੰਦਾਜ਼ ਕਰਦਾ, ਪ੍ਰਭਾਵਿਤ ਕਰਦਾ ਸੁਲਤਾਨ ਤੋਂ ਸਿਰਫ ਆਲੇ ਅੱਤ ਬਤੂਰ ਸਿਰਫ ਕਾਰਾਂ ਨੂੰ, ਫਾਲਸ ਹੋ ਗਿਆ, ਗਲਤ ਕਹਿੰਦੇ ਪਏ, ਕਿਉਂਕਿ ਇਹ ਸਿਰਫ ਦੇਖੋ ਸਿਰਫ ਕਾਰਾਂ ਨਹੀਂ ਆਇਆ ਇੱਥੇ, ਭਾਵੇਂ ਟਰੱਕ ਗਿਆ, ਬੱਸ ਗਿਆ, ਜੋ ਵੀ ਗਈ ਨਾ, ਸਾਈਕਲ ਗਈ, ਸਭ ਕੁਝ ਵਿੱਚ ਡੁੱਬ ਜਾਣਾ, ਠੀਕ ਹੈ, ਇਸ ਕਰਕੇ ਸੁਲਤਾਨ ਤੋਂ ਲੈ ਤੋਂ ਬਤੂਰ ਹੈ, ਗਲਤ ਕਹਿੰਦੇ ਪਏ, ਇਹ ਸਿਰਫ ਟਰੱਕਾਂ ਨੂੰ ਕਾਰਾਂ ਨੂੰ ਪ੍ਰਭਾਵਿਤ ਨਹੀਂ, ਅਸਰ ਅੰਦਾਜ਼ ਨਹੀਂ ਕਰਦਾ। ਇਸ ਨੇ ਫਿਗਰਾ ਤੋਂ ਨੌਨ ਹਵਾਲੀਤਾ ਨਹੀਂ ਵੈਲਿਡਿਟੀ ਹੈ, ਨਹੀਂ ਮੇਜ਼ ਇਸ ਦੀ ਵੀ, ਕਹਿੰਦੇ ਗਰਮੀਆਂ ਦੇ ਮੌਸਮ ਵਿੱਚ ਵੈਲਿਡਿਟੀ ਨਹੀਂ ਹੈ ਵੀ, ਗਰਮੀ ਪਾਣੀ ਸੁੱਕ ਥੋੜ੍ਹੀ ਜਾਣਾ, ਸੁੱਕ ਵੀ ਜਾਣਾ ਤਾਂ ਤੁਸੀਂ ਕੱਢੇ ਥੋੜ੍ਹੀ ਛਾਲ ਮਾਰਨੀ, ਇਸ ਕਰਕੇ ਗਲਤ ਕਹਿੰਦੇ ਪਏ, ਫਾਲਸ ਹੋਇਆ, ਕਿ ਗਰਮੀਆਂ ਹੋਣ ਸਰਦੀਆਂ ਹੋਣ ਇਹ ਹਮੇਸ਼ਾ ਵੈਲਿਡ ਸੀਗੀਆਂ, ਠੀਕ ਹੈ। ਅੱਗੇ ਆ ਜਾਓ, ਤਿੰਨ ਕੁਸ਼ਚਨ ਹੋਰ ਨੇ। ਕਿਨਨ ਪ੍ਰਿੰਦਰ ਸਿਨਿਆਰੇ ਫਿਗਰਾ ਤੁਸੀਂ ਸੀਗਨ ਮਿਊਜ਼ਿਕ ਵਿੱਚ ਬਿਜ਼ੋਨੀਆ ਉਜ਼ਾਰੇ ਪਰਟੀਕੁਲਾਰੇ ਪ੍ਰਦੰਜ਼ਾ, ਬਿਜ਼ੋਨੀਆ ਉਜ਼ਾਰੇ ਪਰਟੀਕੁਲਾਰ ਪ੍ਰਦੰਜ਼ਾ, ਬਿਜ਼ੋਨੀ ਲਾਜ਼ਮੀ ਹੈ ਉਜ਼ਾਰੇ ਇਸਤੇਮਾਲ ਕਰੋ, ਪ੍ਰਯੋਗ ਕਰੋ, ਪਰਟੀਕੁਲਾਰ ਪ੍ਰਦੰਜ਼ਾ ਬਹੁਤ ਜ਼ਿਆਦਾ ਇਹਤਿਆਤ, ਬਹੁਤ ਜ਼ਿਆਦਾ ਸਾਵਧਾਨੀ, ਲਾਜ਼ਮੀ ਹੈ ਬਹੁਤ ਜ਼ਿਆਦਾ ਸਾਵਧਾਨੀ ਦਾ ਪ੍ਰਯੋਗ ਕਰੋ। ਸੋ ਪ੍ਰਤੂਤ ਤੋਂ ਦਿਨੋਂ ਤਾਂ ਸਪੈਸ਼ਲੀ ਰਾਤ ਦੇ ਟਾਈਮ 'ਤੇ, ਪਰ ਵਿਤਾਰੇ ਵੀ ਬਚ ਸਕੋ ਦੀ ਕਦੇ ਰਾਨੀ ਦਾ ਆਕਵਾ, ਵੀ ਪਾਣੀ ਵੀ ਡਿੱਗਣ ਤੋਂ ਤੁਸੀਂ ਬਚ ਸਕੋ, ਵੇਰ ਹੋਇਆ ਵੀ ਪਾਣੀ ਵਿੱਚ ਡਿੱਗਣ ਤੋਂ ਤੁਸੀਂ ਬਚ ਸਕੋ, ਇਸ ਕਰਕੇ ਬਹੁਤ ਜ਼ਿਆਦਾ ਇਹਤਿਆਤ ਕਰਨੀ ਚਾਹੀਦੀ ਹੈ। ਦੋ ਨੰਬਰ ਕੁਸ਼ਚਨ ਹੈ ਬ੍ਰਿੰਦਰ ਸਿਨਿਆਰੇ ਫਿਗਰਾ ਤੋਂ ਇਸ ਸਿਗਨਲ ਮਿਊਜ਼ਿਕ ਵਿੱਚ ਬਿਜ਼ੋਨੀਆ ਉਜ਼ਾਰੇ ਪਰਟੀਕੁਲਾਰੇ ਪ੍ਰੋਦੈਂਜ਼ਾ, ਬਹੁਤ ਜ਼ਿਆਦਾ ਸਾਵਧਾਨੀ ਵਰਤੋ, ਸੇਨਲਾ ਤਰਾਤੋ ਇਸਰਾ ਦਾ ਇਸ ਟਾਈਪ ਦੀ ਰੋਡ ਹੈ ਕਿ ਸੈਗਵੇ, ਜੇ ਤੁਸੀਂ ਇਸ ਟਾਈਪ ਦੀ ਰੋਡ 'ਤੇ ਚੱਲਦੇ ਹੋਵੇ, ਫੋਲੋ ਕਰ ਰਹੇ ਚੱਲਦੇ ਇਸ ਟਾਈਪ ਦੀ ਰੋਡ ਨੂੰ, ਸੀ ਦਵਰਾਨੋ ਐਫਿਤਵਾਰੇ ਮਨੋਵਰਾ ਦੀ ਰਤਰੋ ਮਾਰਚੀ, ਲਾਜ਼ਮੀ ਹੈ ਤੁਸੀਂ ਇੱਥੇ ਰਿਵਰਸ ਲੈ ਲਓ ਗੱਡੀ, ਠੀਕ ਹੈ, ਜਿਸ ਟਾਈਪ ਦੀ ਰੋਡ ਹੈ ਕੀ ਕਰੋ ਤੁਸੀਂ ਰਿਵਰਸ ਵਾਪਸ ਪਿੱਛੇ ਲੈ ਲਓ ਗੱਡੀ, ਅੱਗੇ ਖੜੋ ਹੀ ਨਾ ਵੀ ਇੱਧਰ, ਠੀਕ ਹੈ, ਫਿਰ ਹੋਇਆ। ਕੁਸ਼ਚਨ ਨੰਬਰ 3 ਸਿਨੇਰੇ ਫਿਗਰਾ ਤੋਂ ਪ੍ਰੈਜ਼ੈਂਸ ਦਲ ਸਿਨੇਰੇ ਦੇ ਫਿਗਰਾ ਤੋਂ ਇਸ ਸਿਗਨਲ ਮਿਊਜ਼ਿਕ ਵਿੱਚ ਬਿਜ਼ੋਨੀਆ ਉਜ਼ਾਰੇ ਪਰਟੀਕੁਲਾਰ ਪ੍ਰੋਦੈਂਜ਼ਾ, ਬਹੁਤ ਜ਼ਿਆਦਾ ਸਾਵਧਾਨੀ ਦਾ ਪ੍ਰਯੋਗ ਕਰੋ, ਬਹੁਤ ਜ਼ਿਆਦਾ ਇਹਤਿਆਤ ਕਰੋ। ਫਿਰ ਕਿ ਅਸੀਂ ਇਨ ਕੌਂਤਰਾ ਉਹਨੋਂ ਦਿਸ਼ੇਜ਼ਾ ਰੱਪੀ ਦਾ, ਕਿਉਂਕਿ ਇੱਕ ਤੁਹਾਨੂੰ ਦਿਸ਼ੇਜ਼ਾ ਰੱਪੀ ਦਾ ਇੱਥੇ ਮਿਲਣਾ, ਫਿਰ ਹੋਇਆ ਫਲਸ ਹੋਇਆ ਕਿ ਇੱਥੇ ਕੋਈ ਦਿਸ਼ੇਜ਼ਾ ਰੱਪੀ ਦਾ ਨਹੀਂ ਆਇਆ ਵੀ, ਠੀਕ ਹੈ, ਇਸ ਕਰਕੇ ਗਲਤ ਕਹਿੰਦੇ ਪਏ, ਇਹ ਕੋਈ ਢਲਾਣ ਹੀ ਦੱਸਦੇ ਪਿਆ ਵੀ, ਇਹ ਤਾਂ ਦੱਸਣ ਪਿਆ ਵੀ ਤੁਹਾਨੂੰ ਇੱਥੇ ਡਿੱਗਣ ਦਾ ਖਤਰਾ ਆਵੇ ਪਾਣੀ ਦੇ ਵਿੱਚ, ਠੀਕ ਹੈ, ਇਸ ਕਰਕੇ ਗਲਤ ਕਹਿੰਦੇ ਪਏ, ਇੱਕ ਦਿਸ਼ੇਜ਼ਾ ਰੱਪੀ ਦਾ, ਫਿਰ ਕਿ ਕਹਿੰਦੇ ਫਿਰ ਕਿ ਇਨ ਕੌਂਤਰਾ ਉਹਨੋਂ ਦਿਸ਼ੇਜ਼ਾ ਰੱਪੀ ਦਾ, ਦਿਸ਼ੇਜ਼ਾ ਰੱਪੀ ਦਾ ਇੰਨੀ ਹੈ ਵੀ ਢਲਾਣ, ਦਿਸ਼ੇਜ਼ਾ ਢਲਾਣ ਨੂੰ ਕਹਿੰਦੇ ਨੇ ਜਿਸ ਸਖ਼ਤ ਢਲਾਣ ਹੋ ਗਿਆ, ਇਸ ਕਰਕੇ ਫਾਲਸ ਹੋਇਆ, ਇਹ ਗਲਤ ਕਹਿੰਦੇ ਪਏ। ਅੱਗੇ ਜਿਹੜਾ ਵੇ ਕਦੂ ਦਾ ਮਾਸੀ ਦਾ ਸਨਿਸਤਰਾ, ਕਦੂ ਦਾ ਮਾਸੀ ਦਾ ਸਨਿਸਤਰਾ ਜਿਹੜਾ ਨਾ ਅਗਲਾ ਇਹ ਅਸੀਂ ਪੜ੍ਹਾਂਗੇ ਅਗਲੀ ਅਗਲੀ ਦਫ਼ਾ, ਠੀਕ ਹੈ, ਅਗਲੀ ਕਿਸ਼ਤ ਵਿੱਚ, ਠੀਕ ਹੈ, ਅਤੇ ਜਾਂ ਫਿਰ ਪੜ੍ਹ ਲਓ, ਇਹ ਪੜ੍ਹ ਲੈਂਦੇ ਹਾਂ, ਜਾਂ ਫਿਰ ਕਦੂ ਦਾ ਮਾਸੀ ਦਾ ਸਨਿਸਤਰਾ ਜਿਹੜਾ ਹੈ ਇਹ ਕਹਿੰਦੇ ਨੇ ਵੀ ਇੱਕ ਨੰਬਰ ਸਿਗਨਲ ਸਿਨਿਆਰ ਫਿਗਰਾ ਤੋਂ ਜਾਂ ਕਦੂ ਦਾ ਮਾਸੀ ਦਾ ਸਨਿਸਤਰਾ, ਯਾਨੀ ਕਿ ਇੱਕ ਇੱਕ ਰੋਡ ਹੈ ਇਹ ਜਿਹੜੀ ਕਿ ਪੱਥਰ ਕੱਟ ਕੇ ਅਤੇ ਬਣਾਈ ਹੋਈ ਨੇ, ਯਾਨੀ ਕਿ ਪਹਾੜ ਕੱਟ ਕੇ ਬਣਾਈ ਹੋਈ ਨੇ, ਠੀਕ ਹੈ, ਅਤੇ ਸਾਈਡ 'ਤੇ ਅਤੇ ਖੱਬੀ ਸਾਈਡ 'ਤੇ ਪਹਾੜ ਜਿਹਾ ਹੈ ਵੇ ਜਿੱਥੋਂ ਕਿ ਪੱਥਰ ਵਗੈਰਾ ਡਿੱਗਦੇ ਰਹਿਣ ਰੋਡ ਦੇ ਉੱਤੇ, ਠੀਕ ਹੈ, ਇੱਥੇ ਤੁਸੀਂ ਇਹਤਿਆਤ ਕਰੋ, ਸਪੀਡ ਆਸਤਾ ਕਰੋ,
ਮੁਮਕਿਨ ਹੈ ਤੁਸੀਂ ਜਾ ਕੇ ਪੱਥਰਾਂ 'ਚ ਵੱਜੋ, ਔਰ ਇੱਧਰ ਇਸ ਸਾਈਡ 'ਤੇ ਜਿਸ ਸਾਈਡ 'ਤੇ ਡਿੱਗੇ ਹੋਣ ਡਿੱਗਦੇ ਨਾ, ਜਿੱਧਰ ਪੱਥਰ ਲਿਖਿਆ ਨਿਸ਼ਾਨ ਲੱਗੇ ਆ ਖੱਬੀ ਸਾਈਡ 'ਤੇ, ਇੱਧਰ ਗੱਡੀ ਵੀ ਨਾ ਖਲਾਓ ਹੈ ਵੀ, ਮੁਮਕਿਨ ਤੁਹਾਡੀ ਗੱਡੀ ਥੱਲੇ ਖਲੋਤੀ ਹੈ ਤਾਂ ਉੱਪਰ ਪੱਥਰ ਡਿੱਗ ਪਾਉਣ, ਠੀਕ ਹੈ। ਕਹਿੰਦੇ ਸਿਨਿਆਲ ਫਿਗਰਾ ਤੋਂ ਪਰਨੂਚਾ ਸਿਗਨੇ ਜਿਹੜਾ ਦੱਸਿਆ ਯਕੀਨ ਹੈ ਉਹਨਾਂ ਪੈਰੀਕਲੋ ਦੀ ਕਦੂ ਤਦੀ ਮਾਸੀ, ਇੱਕ ਖਤਰਾ ਕਦੂ ਤਮਾਸੀ ਦਾ, ਠੀਕ ਹੈ। ਵੇਰ ਹੋਇਆ ਅੱਗੇ ਕਹੇ ਦੋ ਨੰਬਰ ਕੁਸ਼ਚਨ ਹੈ, ਸਿਨਿਆਲ ਫਿਗਰਾ ਤੋਂ ਪਰਨੂਚਾ ਹੁਣ ਤਰਾ ਤੋਂ ਇਸਰਾ ਦਾ ਯਕੀਨ ਇਸ ਟਾਈਪ ਦੀ ਰੋਡ ਹੈ ਨੋਨ ਅਵੇ ਸੀਸ 'ਤੇ ਜਿੱਥੇ ਹੈਵੇ ਪੈਰੀਕਲੋ ਖਤਰਾ, ਇਹਨੂੰ ਤਰਾ ਤੋਂ ਇਸਰਾ ਦੀ ਇਸ ਟਾਈਪ ਦੀ ਰੋਡ ਹੈ ਜਿੱਥੇ ਓਵੇ ਸੀਸ 'ਤੇ ਜਿੱਥੇ ਹੈਗਾ ਪੈਰੀਕਲੋ ਖਤਰਾ, ਲੱਭ ਦੀ ਪ੍ਰੈਜੈਂਸ ਆ ਦੀ ਪੈਤਰੇ ਪੈਤਰੇ ਸੁਰ ਕਰਜ਼ਾ ਤੱਕ ਜਿੱਥੇ ਮੌਜੂਦ ਨੇ ਪੱਥਰ ਕਰਜ਼ਾ 'ਤੇ ਦੋਤਾ ਹੈ। ਵੇਰ ਹੋਇਆ ਪੱਥਰ ਕਰਜ਼ਾ 'ਤੇ ਦੋਤਾ ਮੌਜੂਦ ਨੇ, ਇਹ ਖਤਰਾ ਇੱਥੇ ਹੈ ਵੇ, ਠੀਕ ਹੈ। ਕਹਿੰਦੇ ਨੇ ਸਿਨਿਆਲ ਫਿਗਰਾ ਤੋਂ ਪਰਨੂਚਾ ਇਲ ਪੈਰੀਕਲੋ ਦੀ ਕਦੂਤਾ ਦੀ ਪੈਤਰੀ ਵੀ ਯਕੀਨ ਇੱਥੇ ਖਤਰਾ ਹੈ ਡਿੱਗਣ ਦਾ, ਪੱਥਰ ਦਾ ਸਨੀਸਰਾ ਖੱਬੇ 'ਤੇ ਕੁਨ ਕੌਨਸੀਗੁਐਨ 'ਤੇ ਲੋਰੋ ਪ੍ਰੈਜੈਂਜ਼ਾ, ਕਿਉਂਕਿ ਇਹਨਾਂ ਨਤੀਜੇ ਵਿੱਚ ਇਹਨਾਂ ਦੀ ਮੌਜੂਦਗੀ ਵੀ ਸੁਰ ਕਰ ਜਾਤਾ, ਉਹ ਇਹਨਾਂ ਕੌਨ ਕੌਨਸੀਗੁਐਨ 'ਤੇ ਨਤੀਜੇ ਵਿੱਚ ਲੋਰੋ ਪ੍ਰੈਜੈਂਜ਼ਾ ਸੁਰ ਕਰ ਜਾਤਾ, ਇਹ ਮੌਜੂਦ ਹੋਣਗੇ ਕਰਜ਼ਾ 'ਤੇ ਦੋਤਾ, ਠੀਕ ਹੈ। ਯਾਨੀ ਕਿ ਐਸੇ ਕਿ ਮੌਜੂਦਗੀ ਵਿੱਚ ਪੱਥਰ ਕੀ ਹੋਣਗੇ ਇੱਥੇ ਪੈਤਰਾ ਪੈਤਰੇ, ਯਾਨੀ ਕਿ ਦਾ ਸਨੀਸਰਾ ਖੱਬੇ ਸਾਈਡ 'ਤੇ ਡਿੱਗਦੇ ਨੇ, ਜਿੱਧਰ ਉੱਧਰ ਇਹਦੇ ਨਤੀਜੇ ਵਿੱਚ ਇੱਥੇ ਪ੍ਰੈਜੈਂਸ ਦਾ ਮੌਜੂਦ ਹੋਣਗੇ ਸੁਕਰਜਾ ਦਾ ਕਰਜ਼ਾ ਅਤੇ ਉੱਤਰ ਪੱਥਰ, ਠੀਕ ਹੈ। ਵੇਰ ਹੋਇਆ ਚਾਰ ਨੰਬਰ ਕੁਸ਼ਚਨ ਹੈ, ਇਨ ਪ੍ਰੈਜੈਂਸ ਦਾ ਸਿਨਿਆਰ ਫਿਗਰਾ ਤੋਂ ਸਿਗਨਲ ਮਿਊਜ਼ਿਕ ਵਿੱਚ ਇਹ ਅਪਰਤੂਨ ਮੁਨਾਸਬ ਹੈ, ਮੋਦੇਰਾਰ ਲਵਲੋਜ ਦਾ ਘੱਟ ਕਰੋ ਸਪੀਡ ਐਦ ਪਰ ਵਿਤਾਰੇ ਵੀ ਬਾਸ਼ਕੋ ਦੀ ਉਰਤਾਰੇ ਵੈਂਤਵਾਲੀ ਮਾਸੀ ਕਦੂਤ ਸੁਰਕਰਜਾ ਤਾਂ ਉਰਤਾਰੇ ਉਰਤਾਰੇ ਹੁੰਦਾ ਝਟਕਾ ਲੱਗਣਾ, ਪਟਾਕਣ ਹੋਣਾ, ਵੱਜਣਾ, ਐਕਸੀਡੈਂਟ ਹੋਣਾ ਜਿਵੇਂ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਐਕਸੀਡੈਂਟ ਨੂੰ ਕਈਆਂ ਚੀਜ਼ਾਂ ਵਿੱਚ ਇਸਤੇਮਾਲ ਕਰਦੇ ਨੇ, ਉਰ ਤੋਂ ਉਰਤਾਰੇ ਜਿਵੇਂ ਝਟਕਾ ਲੱਗਣਾ, ਪਟਾਕਣ ਹੋਣਾ, ਇੰਪਾਤ ਤੋਂ ਵੱਜਣਾ ਕਿਸੇ ਵਿੱਚ, ਇਹ ਟੈਂਪੋਰਨਾਰ ਪਿੱਛੋਂ ਜਾ ਕੇ ਵੱਜਣਾ, ਕਲਸ਼ਿਓਨ ਹੈ ਜਾ ਕੇ ਵੱਜਣਾ, ਤਸਾਦਮ ਹੋਣਾ, ਠੀਕ ਹੈ। ਅਤੇ ਅੱਗੇ ਸਿਨਸਰ ਸਦਾਲੇ, ਠੀਕ ਹੈ, ਇੰਚੀ ਦੈਨ 'ਤੇ, ਠੀਕ ਹੈ। ਇਹ 6 ਕਿਸਮਾਂ ਨੇ ਜਿੱਥੇ ਐਕਸੀਡੈਂਟਲੀ ਯੂਜ਼ ਹੁੰਦੀਆਂ ਨੇ ਇੱਥੇ, ਠੀਕ ਹੈ। ਜੇ ਕਿਸੇ ਨਹੀਂ ਸਮਝ ਲੱਗੀ ਤਾਂ ਰਿਪੀਟ ਕਰਕੇ ਕੋਈ ਸੁਣ ਲੈਣਾ, ਠੀਕ ਹੈ। ਜਿਵੇਂ ਕਿ ਉਰਤਾਰੇ, ਐਮਪਾਤੋ, ਇਹ ਟੈਂਪੋਰਨਾਰੇ, ਕਲੋਸਿਓਨ ਹੈ, ਇੰਚੀ ਦੈਨ 'ਤੇ ਸਿਨਸਰ ਸਦਾਲੇ, ਠੀਕ ਹੈ। ਸਿਨਸਰ ਸਦਾਲੇ ਰੋਡ ਐਕਸੀਡੈਂਟ, ਇਹ ਸਾਰੇ ਲਫ਼ਜ਼ 6 ਲਫ਼ਜ਼ ਜਿਹੜੇ ਨੇ ਇਹ ਯੂਜ਼ ਹੁੰਦੇ ਨੇ ਐਕਸੀਡੈਂਟਲੀ, ਠੀਕ ਹੈ। ਐਕਸੀਡੈਂਟ ਦੀ ਨੋਈਅਤ ਤੋਂ ਡਿਪੈਂਡ ਕਰਦਾ ਕਿਸ ਟਾਈਪ ਦਾ ਐਕਸੀਡੈਂਟ ਹੈ ਔਰ ਕਿਸ ਟਾਈਪ ਦਾ ਲਫ਼ਜ਼ ਯੂਜ਼ ਹੋ ਗਿਆ, ਲੇਕਿਨ ਸਾਨੂੰ ਕੀ ਇੱਦਾਂ ਗਰਜ਼ ਹੈ ਕਿ ਸਾਨੂੰ ਗਰਜ਼ ਹੈ ਕਿ ਇਹਨਾਂ ਚੀਜ਼ਾਂ ਨੂੰ ਸਮਝਣ ਨਾਲ ਯਾਦ ਰੱਖਣ ਨਾਲ, ਜੇ ਤੁਹਾਨੂੰ ਤੁਸੀਂ ਆਪਣੇ ਸਾਰੀ ਸਾਈਡ 'ਤੇ ਚੀਜ਼ਾਂ ਲਿਖ ਲਓ ਔਰ ਇਹਨਾਂ ਨੂੰ ਐਕਸੀਡੈਂਟ ਹੀ ਮੰਨੋ, ਠੀਕ ਹੈ। ਜਾਂ ਝਟਕਾ ਲੱਗਣਾ ਉਤਾਰੇ ਜਿਵੇਂ ਝਟਕਾ ਲੱਗਣਾ ਹੁੰਦਾ, ਠੀਕ ਹੈ। ਅਤੇ ਇਹ ਡਿਪੈਂਡ ਕਰਦਾ ਜਗ੍ਹਾ ਕਿਹੜੀ 'ਤੇ ਵੀ ਯੂਜ਼ ਹੁੰਦਾ, ਇੱਥੇ ਝਟਕਾ ਲੱਗਣਾ ਵੀ ਤੁਹਾਡਾ ਯਾਨੀ ਕਿ ਉਹਦੇ ਨਾਲ ਵੱਜਣਾ ਜਾਂ ਉਹਦੇ ਨਾਲ ਉਹਦੀ ਸੂਰਤ ਵਿੱਚ ਨੁਕਸਾਨ ਹੋਣ ਦਾ ਖਤਰਾ ਹੁੰਦਾ, ਠੀਕ ਹੈ। ਅਤੇ ਮਾਸੀ ਕਦੂਤਾ ਸੁਰਕਰ ਐਵੰਤਵਾਲੀ ਮਾਸੀ ਕਦੂਤਾ ਸੁਰਕਰ ਸੁਰਕਰ ਜਤਾ ਕੁਝ ਅਵਿਤਾਰੇ ਬਾਸ਼ਕ ਉਤਾਰੇ ਹੋਣ ਤੋਂ ਵੱਜਣ ਤੋਂ ਜਿਹੜੇ ਪੱਥਰ ਡਿੱਗੇ ਹੋਣੇ ਕਰਜ਼ਾ ਦੇ ਉੱਤੇ, ਠੀਕ ਹੈ। ਫਿਰ ਹੋਇਆ 5 ਨੰਬਰ ਕੁਸ਼ਚਨ, ਸਿਨਿਆਰੇ ਫਿਗਰਾ ਤੋਂ ਇਨ ਪ੍ਰੈਜੈਂਸ ਦਾ ਸਿਨਿਆਰੇ ਫਿਗਰਾ ਤੋਂ ਸਿਗਨੇ ਮਿਊਜ਼ਿਕ ਵਿੱਚ ਕੌਨਸਲੀਆ ਬੀਲੇ ਸਲਾਹ ਦਿੰਦੇ ਨੇ ਅਵਿਤਾਰੇ ਲੂੰਗੇ ਸੁਸਤੇ ਲੰਬੇ ਸੁਸਤਾ ਕਰਨ ਤੋਂ ਬਚੋ, ਨਲਤਰਾ ਤੋਂ ਦਿਸਰਾ ਦਾ ਇੰਤਰਸਾਤਾ ਦਲ ਪੈਰੀਕਲੋ ਵੀ, ਜਿਸ ਜਿਹੜਾ ਤਰਾ ਤੋਂ ਇਸਰਾਦ ਹੈ ਨਾ, ਜਿਹੜਾ ਇੰਤਰਸਾਤ ਹੈ, ਜਿੱਧਰ ਕਿ ਖਤਰਾ ਹੈ, ਜਿਹੜੀ ਸਾਈਡ 'ਤੇ ਦੱਸਦੇ ਨੇ ਵੀ ਖਤਰਾ ਹੋਵੇ, ਉੱਧਰ ਕੀ ਸੁਸਤਾ ਕਰਨ ਤੋਂ ਬਚੋ, ਪਾਰਕਿੰਗ ਦੇ ਲਾਉਣ ਤੋਂ ਗੱਡੀ ਦੇ ਬਚੋ। ਵੇਰ ਹੋਇਆ ਜਿਵੇਂ ਪਹਿਲੇ ਤੁਹਾਨੂੰ ਦੱਸਿਆ ਸੀ, ਇਨ ਪ੍ਰੈਜੈਂਸ ਦਾ ਇਹ ਸਿਨਿਆਲ ਰਫੀਗਰਾ ਤੋਂ ਸਿਗਨਲ ਮਿਊਜ਼ਿਕ ਵਿੱਚ ਪਰਨੂ ਚੌਣੋ ਤਰਾ ਤੋਂ ਦਿਸਰਾ ਦਾ ਯਕੀਨ ਇਸ ਟਾਈਪ ਦੀ ਰੋਡ ਹੈ, ਕੌਣ ਕਾਂਤੀ ਰਸਦਾਲੇ, ਜਿੱਥੇ ਕਿ ਇੱਕ ਕਾਂਤੀ ਰਸਦਾਲੇ ਹੈ। ਦੇਖੋ ਇਹ ਇੱਕ ਕਾਂਤੀ ਰਸਦਾਲੇ ਜਿੱਥੇ ਹੁੰਦਾ ਨਾ, ਉੱਥੇ ਪੀਲਾ ਬੋਰਡ ਹੁੰਦਾ, ਠੀਕ ਹੈ। ਇਸ ਕਰਕੇ ਗਲਤ ਕਰਨੇ ਪਏ, ਇਸ ਕਰਕੇ ਇਹ ਪੀਲਾ ਬੋਰਡ ਨਹੀਂ ਹੈ, ਵੀ ਫਾਲਸ ਹੋਇਆ। ਇਸ ਮਿਲਿਆ ਦਾ ਸਿਨਿਆਰ ਫਿਗਰਾ ਤੋਂ ਪਰਤੂਨ ਮੁਨਾਸਬ ਹੈ, ਸੋਨਾਰੇ ਕੌਣ ਇਨਸਿਸਟੈਂਜ਼ਾ, ਸੋਨਾਰੇ ਕੌਣ ਇਨਸਿਸਟੈਂਜ਼ਾ, ਯਾਨੀ ਕਿ ਬਾਰ ਬਾਰ ਤੁਸੀਂ ਹਰਨ ਵਜਾਉਂਦੇ ਰਹੋ, ਜੇ ਤੁਸੀਂ ਹਰਨ ਵਜਾਓਗੇ ਤਾਂ ਪੱਥਰ ਥੋੜ੍ਹੀ ਉੱਠ ਕੇ ਆਪੇ ਸਾਈਡ 'ਤੇ ਹੋ ਜਾਣੇ ਨੇ, ਠੀਕ ਹੈ, ਹਟ ਜਾਣੇ ਨੇ, ਠੀਕ ਹੈ। ਪੱਥਰਾਂ ਨਾਲ ਹਰਨ ਦਾ ਕੋਈ ਤਲਕ ਨਹੀਂ ਹੈ ਵੀ, ਇਸ ਕਰਕੇ ਗਲਤ ਹੋਇਆ, ਫਾਲਸ ਹੋਇਆ ਵੀ। 8 ਨੰਬਰ ਕੁਸ਼ਚਨ, ਇਹ ਸਿਨਿਆਰੇ ਫਿਗਰਾ ਤੋਂ ਪਰਨੂਚਾ ਉਹਨਾਂ ਤਰਾ ਤੋਂ ਦਿੱਤਾ ਦਾ ਯਕੀਨ ਇਸ ਟਾਈਪ ਦੀ ਰੋਡ ਹੈ, ਇਨ ਕਤੀ ਵਸਤਾ ਤੋਂ ਭੈੜੀ ਹਾਲਤ ਵਿੱਚ ਕੌਣ ਪਾਵੀਮੈਂਟੇਸ਼ਨ ਇਰੈਗੂਲਰ, ਜਿੱਥੇ ਫਰਸ਼ ਇਰੈਗੂਲਰ ਸਿਚੁਏਸ਼ਨ ਵਿੱਚ ਹੈ। ਵੇਰ ਹੋਇਆ ਫਾਲਸ ਹੋਇਆ, ਸੋਰੀ, ਕਿ ਪਾਵੀਮੈਂਟੇਸ਼ਨ ਇਰੈਗੂਲਰ ਜਿਹੜਾ ਹੁੰਦਾ ਨਾ, ਕਤੀ ਵਸਤਾ ਤੋਂ ਦਿਸਤਾ ਦਾ ਦਿਫਰਮਾਤਾ, ਉਹ ਜਿਹੜਾ ਪਹਿਲਾ ਪੇਜ ਸੀ ਦਾ ਅਸੀਂ ਪੜ੍ਹਿਆ ਉਹ ਹੁੰਦਾ, ਇਹ ਕਤੀ ਵਸਤਾ ਤੋਂ ਟੁੱਟਾ ਭੱਜਾ ਰੋਡ ਨਹੀਂ ਹੈ ਵੀ, ਠੀਕ ਹੈ। ਦੇਖੋ ਜੀ ਦਿਫਰਮਾਤਾ ਇਹ ਹੁੰਦਾ, ਠੀਕ ਹੈ, ਟੁੱਟਾ ਭੱਜਾ ਰੋਡ ਦਿਸਤਾ ਤਾਂ ਪਾਵੀਮੈਂਟੇਸ਼ਨ ਇਰੈਗੂਲਰ, ਠੀਕ ਹੈ, ਅਸੀਂ ਇਹ ਪਿੱਛੇ ਪੜ੍ਹ ਕੇ ਆ ਚੁੱਕੇ ਹਾਂ, ਅਤੇ ਇਸ ਕਰਕੇ ਗਲਤ ਕਹਿੰਦੇ ਪਏ।
ਇਹ ਦੀ ਫਰਮਾਤਾ ਨਹੀਂ ਹੈ ਵੀ ਹਲੋਰਾ ਇਹ ਪਾਵਨ ਦਸ਼ਨ ਰੈਗੂਲਾਰੇ ਕਤੀ ਗੁੱਸਾ ਤੋਂ ਕਦੇ ਗੁੱਸਾ ਤੋਂ ਪੈੜੀ ਵਾਲੇ ਪਾਵਨ ਦਸ਼ਨ ਰੈਗੂਲਾਰੇ ਫਰਸ਼ ਹੀ ਰੈਗੂਲਰ ਨਹੀਂ ਹੈ ਵੀ ਫਾਲਸ ਹੋਇਆ ਨੌ ਨੰਬਰ ਕੁਐਸਚਨ ਹੈ ਸਿਨੈਰੀ ਫਿਗਰਾ ਤੋਂ ਕਹਿੰਦੇ ਇਨ ਸਿਨੈਰੀ ਫਿਗਰਾ ਤੋਂ ਪਿਰਨੂ ਚੌਨ ਉਤਰਾ ਤੋਂ ਸਰਾ ਦਾ ਯਕੀਨ ਨਹੀਂ ਇਸ ਟਾਈਪ ਦੀ ਰੋਡ ਹੈ ਦੀ ਦੀ ਫਰਮਾਤਾ ਅਸੀਂ ਹੁਣੇ ਦੇਖ ਕੇ ਆਏ ਹਾਂ ਟੁੱਟਾ ਭੱਜਾ ਰੋਡ ਪਾਵਨ ਦਸ਼ਨ ਰੈਗੂਲਾਰੇ ਉਹਨੂੰ ਕਹਿੰਦੇ ਨੇ ਜਿਹੜਾ ਅਸੀਂ ਹੁਣੇ ਦੇਖ ਕੇ ਆਏ ਫਾਲਸ ਹੋਇਆ ਹੈ ਵੀ ਦਸ ਨੰਬਰ ਕੁਐਸਚਨ ਹੈ ਸਿਨੈਰੀ ਫਿਗਰਾ ਤੋਂ ਪਿਰਨੂ ਚੌਨ ਉਤਰਾ ਤੋਂ ਸਰਾ ਦਾ ਯਕੀਨ ਨਹੀਂ ਇਸ ਟਾਈਪ ਦੀ ਰੋਡ ਹੈ ਦੀ ਸਤਰਾਦਾ ਇਨਕੁਈ ਵਿਆਤਾ ਤੋਲ ਸੁਰਪਾਸੋ ਜਿੱਥੇ ਕਿ ਮਨਾਈ ਓਵਰਟੇਕ ਕਰਨਾ ਫਾਲਸ ਹੋਇਆ ਗਲਤ ਕਹਿੰਦੇ ਪਏ ਸੁਰਪਾਸੋ ਕਰਨੇ ਮਨਾਈ ਨਹੀਂ ਹੈ ਦੱਸ ਰਿਹਾ ਵੀ ਠੀਕ ਹੈ ਇਹ ਤਾਂ ਦੱਸ ਰਹੇ ਨੇ ਕਿ ਇਧਰੂ ਪੱਥਰ ਪਹਾੜ ਤੋਂ ਡਿੱਗਣ ਦਾ ਖਤਰਾ ਵੇ ਖੱਬੀ ਸਾਈਡ ਤੋਂ ਅਗਲਾ ਪੇਜ ਪੜ੍ਹਾਂਗੇ ਅਸੀਂ ਇਹ ਆਖਰੀ ਪੜ੍ਹਾਂਗੇ ਠੀਕ ਹੈ ਅਤੇ ਕਦੂ ਤਾਂ ਮਾਸੀ ਇਹ ਦਾ ਇਸ ਤਰ੍ਹਾਂ ਵੇ ਠੀਕ ਹੈ ਸੱਜੀ ਸਾਈਡ ਤੁਸੀਂ ਐਵੇਂ ਤਕਰੀਬਨ ਕੁਐਸਚਨ ਆਉਣੇ ਆ ਠੀਕ ਹੈ ਥੋੜ੍ਹਾ ਬਹੁਤ ਡਿਫਰੈਂਸ ਹੋਵੇਗਾ ਲੇਕਿਨ ਮੈਂ ਪੜ੍ਹਾਂਗਾ ਸਾਰੇ ਠੀਕ ਹੈ ਕਿ ਇੱਥੇ ਖਤਰਾ ਵੇ ਡਿੱਗਣ ਦਾ ਸੱਜੀ ਸਾਈਡ ਤੋਂ ਪੱਥਰ ਕਹਿੰਦੇ ਸੀ ਨਾ ਯਾਰ ਫਿਗਰਾ ਤੋਂ ਫਿਰ ਨੂਚਾ ਸਿੰਘ ਨੇ ਜਿਹੜੇ ਦਸਵੇਂ ਯਕੀਨ ਹੈ ਇਲ ਪੈਰੀਕੁਲੋ ਦੀ ਕੱਦੂ ਤਾਂ ਦੀ ਮਾਸੀ ਦਾਦਾ ਇਸ ਤਰ੍ਹਾਂ ਕੱਦੂ ਤਾਂ ਮਾਸੀ ਹੈ ਸੱਜੇ ਤੋਂ ਖਤਰਾ ਕੱਦੂ ਤਾਂ ਮਾਸੀ ਹੋਣ ਦਾ ਪੱਥਰ ਡਿੱਗਣ ਦਾ ਵੇਰ ਹੋਇਆ ਦੋ ਨੰਬਰ ਕੁਐਸਚਨ ਹੈ ਸੀ ਨਾ ਯਾਰ ਫਿਗਰਾ ਤੋਂ ਫਿਰ ਨੂਚਾ ਨੂੰ ਉਤਰਾ ਤੋਂ ਸਰਾਹ ਦਾ ਯਕੀਨ ਨਹੀਂ ਇਸ ਟਾਈਪ ਦੀ ਰੋਡ ਹੈ ਉਹ ਵੇ ਸੀ ਤੇ ਇਲ ਪੈਰੀਕੁਲੋ ਜਿੱਥੇ ਖਤਰਾ ਹੈਗਾ ਹੈ ਦੀ ਪ੍ਰੈਜੈਂਸ ਆ ਦੀ ਪੈਤਰੇ ਸੁਲਹ ਕਰਜਾਤਾ ਜਿੱਥੇ ਮੌਜੂਦ ਨੇ ਪੱਥਰ ਕਰਜਾਤੇ ਦੇ ਉੱਤੇ ਵੇਰ ਹੋਇਆ ਇਹ ਵੀ ਠੀਕ ਹੈ ਅਤੇ ਤਿੰਨ ਨੰਬਰ ਕੁਐਸਚਨ ਸਿਨਰ ਫਿਗਰਾ ਤੋਂ ਪਰਨੂਚਾ ਇਲ ਪੈਰੀਕਲੋ ਦੀ ਕਦੂਤਾ ਪੈਤਰੇ ਦਿਲਾ ਪਾਰਤੇ ਰਿਸਕਿਓਜ਼ੋ ਕਹਿੰਦੇ ਨੇ ਵੀ ਪਾਰੇ ਤੇ ਰਿਕਿਓਜ਼ ਹੁੰਦਾ ਜਿਵੇਂ ਕਿ ਨਾ ਜਿਵੇਂ ਪੱਥਰ ਵਾਲੀ ਸਾਈਡ ਜਾਂ ਥਾਂ ਜਾਂ ਦੀਵਾਰ ਜਿਹੜੀ ਠੀਕ ਠੀਕ ਹੈ ਦੀਵਾਰ ਜਾਂ ਪਹਾੜ ਵਾਲੀ ਸਾਈਡ ਜਿਹੜੀ ਹੋਵੇਗੀ ਪੱਥਰਾਂ ਵਾਲੀ ਹੋਵੇਗੀ ਪਥਰੀਲੀ ਹੋਵੇਗੀ ਠੀਕ ਹੈ ਅਤੇ ਵੇਅਰ ਹੋਇਆ ਠੀਕ ਹੈ ਅਤੇ ਕਹਿੰਦੇ ਪੈਰੀਕਲੋ ਦੀ ਕਦੂਤਾ ਪੈਤਰੇ ਜਿਹੜਾ ਪਰ ਰਹੇ ਅਤੇ ਦੀਵਾਰ ਵਾਲੀ ਸਾਈਡ 'ਤੇ ਰਿਕਿਓਜ਼ ਜਾਨੀ ਕਿ ਜਿਹੜੀ ਦੀਵਾਰ ਵਾਲੀ ਸਾਈਡ ਜਾਂ ਜਿਹੜੀ ਆਪਣੀ ਦੀ ਹੈ ਵੇ ਸਾਈਡ ਜਿੱਧਰ ਪਹਾੜ ਹੈ ਉੱਧਰ ਯਾਨੀ ਕਿ ਪੱਥਰ ਵਗੈਰਾ ਆਉਣਗੇ ਵੇਅਰ ਹੋਇਆ ਠੀਕ ਹੈ ਚਾਰ ਨੰਬਰ ਕੁਐਸਚਨ ਹੈ ਪਿੰਡ ਦਾ ਸਿਗਨਲ ਫਿਗਰਾ ਤੋਂ ਸਿਗਨਲ ਇਸ ਸਿਗਨਲ ਮੂਵੀ ਵਿੱਚ ਉਪਰਤੂਨ ਹੈ ਮੁਦਰਾ ਲਵਲੋ ਜਿਹਦਾ ਮੁਨਾਸਬ ਹੈ ਘੱਟ ਕਰੋ ਸਪੀਡ ਪਰ ਵਿਤਾਰੇ ਦੀ ਉਰਤਾਰੇ ਵੰਤਵਾਲੀ ਮਾਸੀ ਕਦੂ ਤਸਲ ਕਰ ਜਾਤਾ ਪਰ ਵਿਤਾਰੇ ਵੀ ਤੁਸੀਂ ਬਚ ਸਕੋ ਇਵੈਂਤੁਆਲੀ ਮਾਸੀ ਕਦੂ ਤਸਲ ਕਰ ਜਾਤਾ ਵੀ ਜੋ ਕੋਈ ਪੱਥਰ ਵਗੈਰਾ ਕਰ ਜਾਤਾ ਉੱਤੇ ਆਉਣ ਪੇਜ 'ਤੇ ਕਹਿੰਦੇ ਨੇ ਅਪਰ ਤੋਂ ਮੁਨਾਸਬ ਹੈ ਮੁਦਰਾ ਲਵਲੋ ਜਿਹਦਾ ਘੱਟ ਕਰੋ ਸਪੀਡ ਪਰ ਵਿਤਾਰੇ ਵੀ ਬਚੋ ਤੁਸੀਂ ਉਰਤਾਰੇ ਇਵੈਂਤੁਆਲੀ ਮਾਸੀ ਕਦੂ ਤਸਲ ਕਰ ਜਾਤਾ ਵੀ ਤੁਸੀਂ ਬਚ ਸਕੋ ਜਿਹੜੇ ਕਿ ਉਰਤਾਰੇ ਆਉਣ ਤੋਂ ਉਹਦੇ ਨਾਲ ਵੱਜਣ ਤੋਂ ਲੱਗਣ ਤੋਂ ਜਿਹੜੀ ਕਿ ਕਦੂ ਤਾਂ ਮਾਸੀ ਜਿਹੜੇ ਕਿ ਪੱਥਰ ਵਗੈਰਾ ਡਿੱਗੇ ਨੇ ਕਰ ਜਾਤੇ ਦਿੱਤਾ ਠੀਕ ਹੈ ਵੇਅਰ ਹੋਇਆ ਜਿਵੇਂ ਅਸੀਂ ਪਿੱਛੇ ਪੜ੍ਹ ਗਏ ਸੀ ਸੇਮ ਕੁਐਸਚਨ ਚਾਰ ਪੰਜ ਨੰਬਰ ਕੁਐਸਚਨ ਹੈ ਸਿਨੈਰ ਬਿਨਾਂ ਦਰ ਸਿਨੈਰ ਫਿਗਰਾ ਤੋਂ ਇਸ ਸਿਗਨਲ ਮਿਊਗੀ ਵਿੱਚ ਬਿਜ਼ੋਨ ਜਾਂ ਫਾਰੇ ਅਟੈਨਸ਼ਨ ਹੈ ਲਾਜ਼ਮੀ ਅਟੈਨਸ਼ਨ ਲਵੋ ਪੋਸੀਬਲ ਹੈ ਬਰੁਸ਼ਕੇ ਫਰੇਨਾ ਅਤੇ ਪੋਸੀਬਲ ਹੈ ਕਹਿੰਦੇ ਅਚਾਨਕ ਬ੍ਰੇਕਾਂ ਮਾਰਨਾ ਦਾ ਪਾਰ ਅਤੇ ਦੇਈ ਵਿਕੋਲੀ ਬ੍ਰੇਕਾਂ ਦੀ ਤਰਫ ਗੱਡੀਆਂ ਤਰਫੋਂ ਅਚਾਨਕ ਬ੍ਰੇਕਾਂ ਮਾਰਨਾ ਕਿ ਪ੍ਰੋਚੇਦਨ ਕਹਿੰਦੇ ਕਿ ਜਿਹੜੀਆਂ ਗੱਡੀਆਂ ਅੱਗੇ ਪ੍ਰੋਚੇਦਨ ਉਹਨਾਂ ਅੱਗੇ ਜਾ ਰਹੀਆਂ ਠੀਕ ਹੈ ਦੁਬਾਰਾ ਪੜ੍ਹਨਾ ਕਹਿੰਦੇ ਮਕਸਦ ਇਹਨਾਂ ਦਾ ਕਹਿੰਦਾ ਕਿ ਕਹਿੰਦੇ ਟੈਨਸ਼ਨ ਲਵੋ ਕਿ ਮੁਮਕਿਨ ਜਿਹੜੀ ਤੁਹਾਡੀ ਗੱਡੀ ਅੱਗੇ ਜਾ ਰਹੀ ਹੈ ਨਾ ਉਹ ਅਚਾਨਕ ਬ੍ਰੇਕਾਂ ਮਾਰਨ ਠੀਕ ਹੈ ਅਚਾਨਕ ਜਿਹੜੀ ਬ੍ਰੇਕਾਂ ਮਾਰਨਗੀਆਂ ਤਾਂ ਤੁਹਾਡੇ ਲਈ ਖਤਰਾ ਬਣ ਸਕਦੀਆਂ ਨੇ ਤੁਸੀਂ ਆਸਤਾ ਸਪੀਡ ਪਹਿਲੇ ਹੀ ਕਰ ਲਵੋ ਪਲੱਸ ਇਹਦੇ ਤੋਂ ਪਹਿਲੇ ਜਿਹਦੇ ਵਿੱਚ ਬਰੁਸ਼ਕੇ ਆਉਂਦੇ ਨਾ ਉਹ ਵਿਰ ਆਉਂਦੇ ਨੇ ਠੀਕ ਹੈ ਅਤੇ ਪਤਾ ਤੁਹਾਨੂੰ ਬਰੁਸ਼ਕੇ ਆਇਆ ਹੋਇਆ ਸਵਾਲ ਦੇ ਵਿੱਚ ਬਰੁਸ਼ਕੇ ਵਾਲੇ ਸਵਾਲ ਹਮੇਸ਼ਾ ਵਿਰ ਆਉਂਦੇ ਨੇ ਅਤੇ ਇਨਪ੍ਰੈਜੈਂਟ ਦਾ ਸਿਨੈਰੀਓ ਫਿਗਰਾ ਤੁਸੀਂ ਸਿਗਨਲ ਮਿਊਜ਼ਿਕ ਵਿੱਚ ਬਿਜ਼ੋਨ ਜਾਂ ਫਾਰ ਅਟੈਨਸ਼ਨ ਅਟੈਨਸ਼ਨ ਲਵੋ ਇਹ ਪੋਸੀਬਲ ਬੀਲੀ ਪੋਸੀਬਲ ਹੈ ਬਰੁਸ਼ਕੇ ਇਹ ਵਿਰ ਵਾਲੇ ਨੇ ਇਹਦੇ ਜਿਹਦੇ ਵਿੱਚ ਬਰੁਸ਼ਕੇ ਆਵੇਗਾ ਉਹ ਵਿਰ ਹੋਣੇ ਠੀਕ ਹੈ ਬਿਜ਼ੋਨ ਫਾਰ ਅਟੈਨਸ਼ਨ ਹੈ ਕਹਿੰਦੇ ਲਾਜ਼ਮੀ ਅਟੈਨਸ਼ਨ ਲਵੋ ਇਹ ਅਪੋਸੀਬਲ ਹੈ ਬੀਲੀ ਬਰੁਸ਼ਕੇ ਫਰੇਨਾ ਅਤੇ ਅਚਾਨਕ ਜਿਹੜਾ ਬ੍ਰੇਕਾਂ ਮਾਰਨ ਦਾ ਪਾਰ ਅਤੇ ਦੇਈ ਵਿਕੋਲ ਕੇ ਪ੍ਰੋਚੇਦਨ ਉਹ ਜਿਹੜੀ ਕਿ ਗੱਡੀਆਂ ਅੱਗੇ ਜਾ ਰਹੀਆਂ ਨੇ ਮੁਮਕਿਨ ਉਹ ਅਚਾਨਕ ਬ੍ਰੇਕਾਂ ਮਾਰਨ ਫਿਰ ਹੋਇਆ ਜਿਹੜੀ ਗੱਡੀਆਂ ਅੱਗੇ ਜਾ ਰਹੀਆਂ ਨੇ ਮੁਮਕਿਨ ਉਹ ਬ੍ਰੇਕਾਂ ਵੀ ਮਾਰਨ ਠੀਕ ਹੈ ਛੇ ਨੰਬਰ ਕੁਐਸਚਨ ਹੈ ਸਿਨਰ ਫਿਗਰਾ ਤੋਂ ਪਰਨੂ ਚੌਨ ਉਤਰਾ ਤੋਂ ਇਸ ਤਰ੍ਹਾਂ ਦਾ ਯਕੀਨ ਇਸ ਟਾਈਪ ਦੀ ਰੋਡ ਹੈ ਸਦਰੀਚੇ ਬੋਲੇ ਸਦਰੀਚੇ ਬੋਲਾ ਹੁੰਦਾ ਹੈ ਰੋਡ ਜਿਹੜਾ ਧਿਲਕਣਾ ਹੁੰਦਾ ਫਿਸਲਣ ਵਾਲਾ ਠੀਕ ਹੈ ਸਾਦਾ ਸਦਰੀਚੇ ਬੋਲੇ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ ਠੀਕ ਹੈ ਅਤੇ ਯਾਨੀ ਕਿ ਪਿਛਲਾ ਜਿਹੜਾ ਅਸੀਂ ਪਾਠ ਪੜ੍ਹਿਆ ਸੀ ਉਸਦੇ ਵਿੱਚ ਸਤਾਰਾਂ ਦਾ ਸੁਦਰੀਚੀ ਬੋਲੇ ਪੜ੍ਹਿਆ ਸੀ ਜਿਹੜਾ ਸਤਾਰਾਂ ਵਿੱਚ ਕਿਸ਼ਤ ਹੈ ਇਸ ਕਰਕੇ ਜੇ ਤਿਲਕਣ ਵਗੈਰਾ ਹੁੰਦੀ ਹੈ ਇਸ ਤਰ੍ਹਾਂ ਦਾ ਸੁਦਰੀਚੀ ਬੋਲੇ ਨਹੀਂ ਹੈ ਵੀ ਫਾਲਸ ਹੋਇਆ
सत्त नंबर क्वेश्चन है सिनेरियो फिगर आउट द पेरनुचो ऑन स्त्रीतो या यकीन एक स्त्रीतो या पीड़ा रोड है आ दसरा सज्जे दे यकीन ने एक पीड़ा रोड है कहने पे दस दस्तरे वाली साइड दसे जैसे तो गलत कहने पे फालस होया ये पीड़ा रोड नहीं है भी पीड़ा रोड असी जिहड़े 16 नंबर किस्त भी पढ़िया सी पीड़ा रोड के बारे भाई पीड़ा रोड नहीं है भी 16 रोड टाइट रोड नहीं है भी ठीक है इस करके गलत कहने पे फालस होया कहने सीनियर फिगर तो पन्नू चाहो उतरा तो इस तरह का यकीन किस टाइप की रोड है नॉन असफलता था नॉन असफलता असफलता तो की होंगे जो पक्का रोड बजरी वाला आंदा ठीक है एक होंगे सिर्फ करा मार के सीधा किया रोड तो वह बजरी बुजरी पक्का नहीं होया होता कहने नॉन असफलता जानी कि कच्चा रोड है गलत करने पर फालस होया ये पक्के कच्चे रोड की कोई गल नहीं दस रहा है फालस होया नौ नंबर क्वेश्चन सीनियर फिगर तो पन्नू चा बंकी ने कदे बोले जरा ना वो भी इसे पीछे पढ़ चुके हैं ठीक है जिसे किनारा ठीक नहीं होता है अभी